पहले अलग 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 गाल खाई और कट्ठी खा लेंगे कोई कि 22 जनवरी तो बाद तुहाडे दोवां वल्लों कोशिश की गई है किसानां दी दोबारा सरकार दे नाल गलबात करवाउण दी। ਇਹ ਕੋਈ ਕਿਵੇਂ ਗੱਲ ਨਹੀਂ ਸੁਣੀ 15-15 ਮਿੰਟ ਹੋਲਡ ਜਿਹੜਾ ਹੈ ਹੋਲਡ ਤੇ ਸਾਡਾ ਹੋਮ ਮਿਨਿਸਟਰ ਸਾਡਾ ਡਿਫੈਂਸ ਮਿਨਿਸਟਰ ਸਾਡਾ ਖੇਤੀਬਾੜੀ ਮਿਨਿਸਟਰ ਗਲਤਾ ਕਰ ਲਓ ਨਹੀਂ ਕਰਦੇ ਉਹਦੇ ਨਾਲ ਕਰਾ ਦਿਓ ਉਹਦੇ ਨਾਲ ਕਰਾ ਦਿਓ ਮਿਲਣਾ ਮੁਲਣਾ ਇਹ ਵੀ ਨਹੀਂ ਚਾਹੁੰਦੇ ਗੱਲ ਇਹ ਵੀ ਨਹੀਂ ਖਤਮ ਕਰਨਾ ਚਾਹੁੰਦੇ ਇਹ ਤਾਂ ਜਦੋਂ ਤੱਕ ਆ ਕਿਸਾਨ ਪੈਸਾ ਇਕੱਠਾ ਕਰਕੇ ਦੇਈ ਜਾਣਗੇ ਨਾ ਉਦੋਂ ਤੱਕ ਨਹੀਂ ਇਹਨਾਂ ਨੇ ਮਿਲਣਾ। 3 ਖੇਤੀ ਕਾਨੂੰਨ ਨੇ ਕਿਹੜੇ ਤਿੰਨਾਂ ਦੇ ਵਿੱਚ ਜਿਹੜਾ ਇੱਕ ਹੈਗਾ ਉਹਦੀ ਸੋਧ ਨੂੰ ਵਾਪਸ ਲੈ ਲਓ ਤੁਸੀਂ ਅਸੀਂ ਉਹਦੇ ਤੇ ਵੀ ਮਨਜ਼ੂਰ ਹੈਗੇ ਆ ਸੋਧ ਵੀ ਨਹੀਂ ਕਰਦੇ ਪਏਗੇ। ਵੱਡੇ ਘਰਾਣਾ ਨੂੰ ਗੇਟ ਜਿਹੜੇ ਖੋਲ੍ਹੇ ਸੀ ਤਾਂ ਕੈਪਟਨ ਸਾਹਿਬ ਨੇ ਖੋਲ੍ਹੇ ਸੀ ਔਰ ਕੰਟੈਕਟ ਫਾਰਮਿੰਗ ਦੀ ਪਾਸ ਕੀਤੀ ਤੇ ਬਾਦਲ ਸਾਹਿਬ ਨੇ ਕੀਤੀ ਸੀ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਉਦੋਂ ਕਾਨੂੰਨ ਚੰਗੇ ਸੀਗੇ। ਸਰਦਾਰ ਸਰਦਾਰਾ ਸਿੰਘ ਜੋਹਲ ਬਹੁਤ ਵਿਦਵਾਨ ਵਿਅਕਤੀ ਹੈ ਕਿ ਮੈਂ ਆਪਦਾ ਫੇਸਬੁੱਕ ਅਕਾਊਂਟ ਬੰਦ ਕਰਤਾ ਕਹਿੰਦੇ ਕਿਉਂ ਕਰਤਾ ਕਹਿੰਦੇ ਮਾਂ ਭੈਣ ਦੀਆਂ ਗਾਲਾਂ ਕੱਢਦੇ ਜੇ ਕਹੋ ਕਾਨੂੰਨ ਅੱਛੇ ਆ ਤਾਂ। ਇਹ ਕਿਸਾਨਾਂ ਨੇ ਮੀਡੀਆ 'ਚ ਸੋਸ਼ਲ ਮੀਡੀਆ 'ਤੇ 80 ਲੱਖ ਰੁਪਇਆ ਕਿਸਾਨਾਂ ਤੋਂ ਗਰੀਬਾਂ ਤੋਂ ਇਕੱਠਾ ਕਰਕੇ ਉਹਦੇ 'ਤੇ ਖਰਚ ਕੀਤਾ ਕਿ ਗਾਲਾਂ ਕੱਢੋ ਇਹਨਾਂ ਨੂੰ BJP ਵਾਲਿਆਂ ਨੂੰ। ਹੁਣ ਥੱਲੇ ਦੇਖੋ ਕਿਸ ਤਰ੍ਹਾਂ ਦੇ ਸ਼ਬਦ ਆਉਂਦੇ ਉਹ ਜਿਹੜੇ ਗਲਤ ਸ਼ਬਦ ਲਿਖਦੇ ਨੇ ਮੈਂ ਤਾਂ ਕਹਿੰਦਾ ਅਸਲ ਮਾਂ ਪਿਓ ਦੇ ਨਹੀਂ ਔਰ ਆਮਦੇ ਨੇ ਜਿਹੜੇ ਗਲਤ ਕਿਸੇ ਨੂੰ ਲਿਖਦੇ ਆ। ਪਰ ਗਰੇਵਾਲ ਸਾਹਿਬ ਤੁਸੀਂ ਵੀ ਸਮਝਦੇ ਹੋਣਾ ਕਿ ਐਟ ਦਾ ਐਂਡ ਸਰਦਾਰ ਸਿੰਘ ਜੋਹਲ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਹ 3 ਖੇਤੀਬਾੜੀ ਕਾਨੂੰਨ ਨਹੀਂ ਚਾਹੀਦੇ ਤਾਂ ਦੇਣੇ ਹੀ ਕਿਉਂ। ਅਸੀਂ ਵੀ ਖੰਡਨ ਕਰਦੇ ਜੋ ਵਿਧਾਇਕ ਨਾਲ ਉੱਥੇ ਹੋਇਆ ਤੇ ਲੱਡੇਵਾਲ ਨੇ ਧਰਨਾ ਲਾਇਆ ਗਿਆ ਕ੍ਰਿਮੀਨਲਸ ਨੂੰ ਛੱਡੋ ਉਹ ਕਿਸਾਨ ਆਗੂਆਂ ਚੋਂ ਇੱਕ ਆ ਢੋਲ ਵਜਾਏ ਕੰਡੇ ਢੋਲ ਵਜਾਏ ਜਦੋਂ ਛੁੱਟ ਕੇ ਆਏ। ਪਰ ਕੱਲ ਅਨਿਲ ਜੋਸ਼ੀ ਹੋਰਾਂ ਨੇ ਪ੍ਰਾਈਮ ਮਿਨਿਸਟਰ ਟੀਵੀ ਦੇ ਇੰਟਰਵਿਊ ਦਿੰਦੇ ਹੋਏ ਕਿਹਾ ਕਹਿੰਦੇ ਕਿ ਇਹ ਸੁਰਜੀਤ ਜੈਣੀ ਤੇ ਹਰਜੀਤ ਗਰੇਵਾਲ ਦਿੱਲੀ ਗਏ ਸਨ ਉੱਥੇ ਪਤਾ ਨਹੀਂ ਉਹਨਾਂ ਨੂੰ ਕਿਹੜਾ ਪਾਣੀ ਪਿਆ ਤਾਂ ਤੇ ਇਹਨਾਂ ਦੇ ਸੋਰੀ ਬਦਲ ਗਏ ਪੰਜਾਬ ਦੇ ਖਿਲਾਫ ਹੋ ਗਏ। ਕਰਨ ਨਾ ਗੱਲ ਇਹ ਦੇਖੋ ਗੱਲ ਕਾਨੂੰਨ ਰੱਦ ਕਰੋ ਕਾਨੂੰਨ ਰੱਦ ਕਰੋ ਉਹ ਤੁਸੀਂ ਕਾਨੂੰਨ ਰੱਦ ਕਰਾ ਕੇ ਆਪਦੀ ਗੱਲ ਤਾਂ ਦੱਸੋ ਲੀਲਾ ਵੀ ਕਾਨੂੰਨ ਤਾਂ ਹੋਲਡ ਪਏ ਹੈ ਰੱਦ ਵਰਗੀ ਹੈ ਨਾ ਲਿਆਓ ਪ੍ਰਪੋਜ਼ਲ ਤਾਂ ਦਿਓ ਸਾਨੂੰ ਪਤਾ ਲੱਗੇ ਅਸੀਂ ਕਿਸਾਨ ਆ ਅੱਛੀ ਪ੍ਰਪੋਜ਼ਲ ਲਿਆਓ ਅਸੀਂ ਨਾਲ ਪ੍ਰਪੋਜ਼ਲ ਹੈ ਹੀ ਨਹੀਂ ਨਾ ਕੋਲ ਤੇ ਆ ਵੈਕਸੀਨੇਸ਼ਨ ਆਪ ਤਾਂ ਦੋ ਦੋ ਕਰਵਾਈ ਫਿਰਦੇ ਆ ਕਿਸਾਨਾਂ ਨੂੰ ਸਲਾਹ ਦਿੰਦੇ ਆ ਤੁਸੀਂ ਨਾ ਕਰਵਾਓ ਔਰ ਚੜੂਨੀ ਇਹ ਕਹਿ ਰਿਹਾ ਕਿ ਜੇ ਕੋਈ ਤੁਹਾਡੇ ਕਰੋਨਾ ਹੋ ਜੇ ਤਾਂ ਜਾ ਕੇ BJP ਵਾਲਿਆਂ ਦੇ ਘਰਾਂ ਦੇ ਬਾਹਰ ਰੱਖਿਆ ਕੀ ਆਪਦੇ ਪਰਿਵਾਰ ਦੇ ਲੋਕਾਂ ਨੂੰ ਰੱਖਿਆ ਹੋਊਗਾ ਉਹ ਹਸਪੀਟਲ ਨੇ। ਕਸ਼ਮੀਰ ਦੇ ਵਿੱਚ ਇੱਕ ਲੜਕੀ ਦੀ ਇੱਕ ਵੀਡੀਓ ਹੁੰਦੀ ਹੈ ਜੀ ਵਾਇਰਲ ਹੁੰਦੀ ਹੈ ਛੋਟੀ ਬੱਚੀ ਸ਼ਾਇਦ ਤੁਸੀਂ ਵੀ ਦੇਖੀ ਹੋਗੀ ਬੜੀ ਵਾਇਰਲ ਹੋਈ ਸੀ ਉਹ ਕਹਿੰਦੀ ਆ ਮੋਦੀ ਸਾਹਿਬ ਪੇਪਰਾਂ ਦਾ ਸਟ੍ਰੈਸ ਬਹੁਤ ਆ ਉਸ ਬੱਚੀ ਦੀ ਰਾਜਪਾਲ ਸਾਹਿਬ ਉਹਨਾਂ ਨੇ ਸੁਣੀ ਕਿਸਾਨ ਦਿੱਲੀ ਦੇ ਬਰੂਹਾਂ ਤੇ ਬੈਠੇ ਨੇ 8 ਮਹੀਨੇ ਹੋ ਗਏ ਨੇ ਜੀ ਮੌਤਾਂ ਕਿੰਨੀਆਂ ਹੋਈਆਂ ਨੇ ਖੁਦਕੁਸ਼ੀਆਂ ਵੀ ਹੋਈਆਂ ਨੇ ਉਹਨਾਂ ਬਾਰੇ ਪ੍ਰਧਾਨ ਮੰਤਰੀ ਦੇ ਮੂੰਹੋਂ ਹਾਲੇ ਤੱਕ ਇੱਕ ਸ਼ਬਦ ਨਹੀਂ ਨਿਕਲਿਆ ਹੈਗਾ। ਹੁਣ ਇਸ ਸਭ ਦੇ ਦੌਰਾਨ ਤੁਹਾਡੀ BJP ਦੇ ਖੁਦ ਦੇ ਵਿੱਚ ਕਈ ਬਾਗੀ ਸੁਰ ਵੀ ਨਿਕਲਣ ਲੱਗ ਗਏ ਨੇ ਮਾਸਟਰ ਮੋਹਨ ਇਹ ਸ਼ਿਵ ਜੀ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਮਿਤ ਕੁਮਾਰ ਤਾਂ ਕਿਸਾਨ ਪਿਛਲੇ 8 ਮਹੀਨਿਆਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ 3 ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪਹਿਲਾਂ ਪੰਜਾਬ ਦੇ ਵਿੱਚ ਤੇ ਬਾਅਦ 'ਚੋਂ ਡੇਰੇ ਲਾਏ ਦਿੱਲੀ ਦੀਆਂ ਬਰੂਹਾਂ 'ਤੇ ਗੱਲਬਾਤ ਸਰਕਾਰ ਦੇ ਨਾਲ ਹੋਈ ਹੈ ਪਰ ਹੁਣ ਡੈਡ ਲੋਕ ਵੀ ਚੱਲ ਰਿਹਾ ਪਿਛਲੇ ਦਿਨ ਕਿਸਾਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਸੀ ਗੱਲਬਾਤ ਅੱਗੇ ਤੋਰਨ ਦੇ ਲਈ ਪਰ ਨਰਿੰਦਰ ਤੋਮਰ ਹੋਰਾਂ ਦਾ ਬਿਆਨ ਆਇਆ ਗਿਆ ਕਿ ਰੱਦ ਇਹ ਕਾਨੂੰਨ ਨਹੀਂ ਹੋਣਗੇ ਕਿਸੇ ਹੋਰ ਮੁੱਦੇ 'ਤੇ ਚਰਚਾ ਜੋ ਹੈ ਹੋ ਸਕਦੀ ਹੈ ਸਾਡੇ ਨਾਲ ਅੱਜ ਸੁਰਜੀਤ ਜਿਆਣੀ ਅਤੇ ਹਰਜੀਤ ਗਰੇਵਾਲ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਮੌਜੂਦ ਨੇ ਤਮਾਮ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਕਿ ਸਰਕਾਰ ਕਦੋਂ ਗੱਲਬਾਤ ਕਰੇਗੀ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਾਈਮ ਮਿਨਿਸਟਰ ਟੀਵੀ 'ਤੇ ਸਾਰੇ ਦਰਸ਼ਕਾਂ ਨੂੰ ਵੀ ਤੁਸੀਂ ਬੜੇ ਲੰਬੇ ਸਮੇਂ ਬਾਅਦ ਇਕੱਠੇ ਹੋਏ ਹੋ ਜੀ ਪਹਿਲਾਂ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਜਾਣਾ ਸੀ ਉਦੋਂ ਤੁਹਾਡੇ ਦੋਵਾਂ ਨੇ ਜੋੜੀ ਵੇਖੀ ਗਈ ਸੀਗੀ ਅੱਜ ਫਿਰ ਤੁਸੀਂ ਇਕੱਠੇ ਹੋਏ ਹੋ ਪਹਿਲੇ ਅਲੱਗ 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 ਗਾਲ ਖਾਈ ਔਰ ਇਕੱਠੀ ਖਾ ਲਾਂਗੇ ਕੋਈ ਦੁਬਾਰਾ ਫਿਰ ਗੱਲ ਤੋਰਨੀ ਹੈ ਤੁਸੀਂ ਕਿਸਾਨਾਂ ਦੇ ਕੇਂਦਰ ਵੱਲ ਕੋਈ ਹੈ ਜੀ ਤੁਹਾਡੀ ਰਣਨੀਤੀ ਦੇਖੋ ਕਿ ਅਸੀਂ ਤਾਂ 1.5 ਮਹੀਨਾ ਮਾਰ ਕੇ ਮੱਥਾ ਔਰ ਆਪਦੀ ਬੇਇੱਜ਼ਤੀ ਵੀ ਕਰਾਈ ਔਰ ਆ ਗਏ ਬੇਇੱਜ਼ਤੀ ਤੁਸੀਂ ਜੋ ਕਿਵੇਂ ਕਰਾਈ ਅਸੀਂ ਟਾਈਮ ਲੈਂਦੇ ਸੀ ਇਹ ਟਾਈਮ ਕਹਿੰਦੇ ਕਰਾ ਦਿਓ ਫਿਰ ਇਹ ਮਨਾ ਕਰ ਦਿੰਦੇ ਸੀ ਫਿਰ ਉਹਦੇ ਬਾਅਦ ਕੀ ਹੁੰਦਾ ਸੀ ਉਹ ਕਹਿੰਦੇ ਵੀ ਤੁਹਾਡੀ ਇਹ ਗੱਲ ਸਾਨੂੰ ਨਹੀਂ ਦੱਸਣਾ ਪੈਂਦਾ ਨਾ ਜੀ ਪਹਿਲੇ ਟਾਈਮ ਤੁਸੀਂ ਟਾਈਮ ਦੇ ਦਿਓ ਅਸੀਂ ਅੱਗੋਂ ਟਾਈਮ ਲੈ ਕੇ ਗੱਲ ਕਰਾਉਣਾ ਚਾਹੀਏ ਤੁਸੀਂ ਫਿਰ ਮਨਾ ਕਰੋ ਔਰ ਇਹ ਗੱਲ ਜਿਹੜੀ ਹੈ ਨਾ ਇੱਕ ਭਾਵਨਾ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕਾਰਿਆਕਰਤਾ ਦੇ ਜਿਵੇਂ ਅਨਿਲ ਜੋਸ਼ੀ ਜੀ ਹੈ ਜਾਂ ਕੋਈ ਹੋਰ ਹੈ ਉਹਨਾਂ ਦੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੀ ਹੈ ਉਹ ਗੱਲ ਰੱਖਣ 'ਚ ਫੇਲ ਹੋਈ ਜਾਂ ਸੈਂਟਰ ਜਿਹੜੀ ਗੱਲ ਜਿਹੜੀ ਹੈ ਸੁਣ ਨਹੀਂ ਰਹੀ ਇਹ ਬਿਲਕੁਲ ਗਲਤ ਗੱਲ ਹੈ ਦੇਖੋ ਇਹ ਗੱਲ ਮੈਂ ਵੀ ਕਹੀ ਕਿ ਸੈਂਟਰ ਨੂੰ ਗੱਲ ਸੁਣਨੀ ਚਾਹੀਦੀ ਹੈ
ਕਿਸਾਨ ਜੇ ਕਾਲਾ ਕਾਨੂੰਨ ਕਹਿੰਦੇ ਆ ਚਿੱਟਾ ਅਸੀਂ ਕਰਨਾ ਸੁਣ ਕੇ ਗੱਲ ਉਹ ਲੋਕ ਤਾਂ ਕਹਿੰਦੇ ਨੇ ਜੰਗ ਸਾਹਿਬ ਕੇ ਪਹਿਲਾਂ ਜੋ ਤੁਸੀਂ ਐਸੇ ਤੁਹਾਡੇ ਤੇਵਰ ਕੁਝ ਹੋਰ ਸੀਗੇ ਹੁਣ ਤੁਹਾਡੇ ਤੇਵਰ ਬਦਲੇ ਮੇਰਾ ਮੇਰਾ ਕੋਈ ਹੋ ਨਹੀਂ ਹੈ ਮੇਰਾ ਹੈ ਮੈਂ ਕਿਸਾਨ ਆ ਮੈਂ ਕਿਸਾਨਾਂ ਦੇ ਨਾਲ ਆ ਕਿਸਾਨ ਇੱਥੇ ਸੀ ਆ ਔਰ ਇਹ ਗੱਲ ਜਿਹੜੀ ਹੈ ਕਿ ਸੁਣਾਈ ਨਹੀਂ ਹੋਈ ਤਾਂ ਦੇਖੋ ਕਿ ਸਟਾਰਟਿੰਗ ਤੇ ਜਦੋਂ ਇੱਥੇ ਸੰਘਰਸ਼ ਚੱਲਿਆ ਸਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਸਾਡੀ ਪ੍ਰਦੇਸ਼ ਦੀ ਜਿਹੜੀ ਬੋਡੀ ਹੈ ਇਹ ਕਿਸਾਨਾਂ ਨੂੰ ਮਿਲ ਕੇ ਆਈ ਔਰ ਮਿਲ ਕੇ ਉਹਨਾਂ ਨੇ ਸਾਡੀ ਇੱਕ ਟੀਮ ਬਣਾਤੀ ਮੈਨੂੰ ਚੇਅਰਮੈਨ ਬਣਾਤਾ ਗਰੇਵਾਲ ਸਾਨੂੰ 8 ਮੈਂਬਰੀ ਕਮੇਟੀ ਬਣਾਤੀ ਔਰ ਨਾਲ ਦੇ ਨਾਲ ਸਾਨੂੰ ਜੋੜਤਾ ਉਹਨਾਂ ਨਾਲ ਔਰ ਗਰੇਵਾਲ ਸਾਹਿਬ ਅਸੀਂ ਘੱਟੋ ਘੱਟ 40-40 50-50 ਵਾਰੀ ਟੈਲੀਫੋਨ 1-1 ਦੇ ਨਾਲ ਗੱਲਾਂ ਕੀਤੀਆਂ ਔਰ ਅਸੀਂ ਮੀਟਿੰਗਾਂ ਕਰਾਈਆਂ ਔਰ ਮੀਟਿੰਗਾਂ ਦੇ ਵਿੱਚ ਮਾਨ ਸਨਮਾਨ ਵੀ ਕਰਾਇਆ ਔਰ ਇਹ ਮੰਨੇ ਵੀ ਸੀ ਵੀ ਆਹ ਹੁਣ ਠੀਕ ਹੈ ਪਰ ਗੱਲ ਕੀ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਸੈਂਟਰ ਸਰਕਾਰ ਇਹ ਕੋਈ ਕਿਵੇਂ ਗੱਲ ਨਹੀਂ ਸੁਣੀ 15-15 ਮਿੰਟ ਹੋਲਡ ਜਿਹੜਾ ਹੈ ਹੋਲਡ 'ਤੇ ਸਾਡਾ ਹੋਮ ਮਿਨਿਸਟਰ ਸਾਡਾ ਡਿਫੈਂਸ ਮਿਨਿਸਟਰ ਸਾਡਾ ਖੇਤੀਬਾੜੀ ਮਿਨਿਸਟਰ ਦੇਖੋ ਔਰ ਕਿਸਾਨ ਗੱਲ ਨਾ ਕਰ ਅਸੀਂ ਗੱਲ ਕਰੀਏ ਵੀ ਤੂੰ ਗੱਲ ਕਰ ਲਏ ਤੁਸੀਂ ਗੱਲ ਕਰੋ ਗਲਤਾਂ ਕਰ ਲਓ ਗਲਤਾਂ ਕਰ ਲਓ ਨਹੀਂ ਕਰਦੇ ਉਹਦੇ ਨਾਲ ਕਰਾ ਦਿਓ ਉਹਦੇ ਨਾਲ ਕਰਾ ਦਿਓ ਦੱਸੋ ਇਹ ਗੱਲ ਹੈ ਫਿਰ ਸਾਨੂੰ ਹੀ ਉਲਾਂਭਾ ਮਿਲੇ ਕਿ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਹੈ ਔਰ ਪੰਜਾਬ ਦੀ ਟੀਮ ਨੇ ਗੱਲ ਰੱਖੀ ਨਹੀਂ ਹੈ ਤਾਂ ਨਾਲ ਦੇ ਨਾਲ ਕਮੇਟੀ ਬਣਾ ਕੇ ਸਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੇ ਸਾਨੂੰ ਭੇਜਤਾ ਦਿੱਲੀ ਬਿਠਾ ਤੇ ਡੇਢ ਮਹੀਨੇ ਅਸੀਂ ਬੈਠੇ ਰਹੇ ਇਹਨਾਂ ਨਾਲ ਗੱਲ ਕਰਦੇ ਰਹੇ ਗੱਲ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ ਔਰ ਇਹ ਜਿਹੜੀ ਮੀਟਿੰਗਾਂ ਹੋਈਆਂ ਇੱਕ ਮੀਟਿੰਗ ਵਿਚਾਲੇ ਫਿਰ ਬੜਾ ਟਾਈਮ ਪੈ ਗਿਆ ਸੀਗਾ ਜਿਹੜੀ ਮੀਟਿੰਗ ਟਾਈਮ ਪੈ ਗਿਆ ਸੀ ਅਤੇ ਕਦੇ ਗੱਲਬਾਤ ਨਹੀਂ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਸੀ ਕਿ ਯੈਸ ਨੋ ਤਾਂ ਗੱਲ ਨਹੀਂ ਹੁੰਦੀ ਜਦੋਂ ਸਾਨੂੰ ਇਹ ਜਥੇਬੰਦੀਆਂ ਨੇ ਕਿਹਾ ਮੀਟਿੰਗ ਕਰਾਓ ਮੈਂ ਕਿਹਾ ਭਰਾਓ ਯੈਸ ਨੋ ਅਤੇ ਮੀਟਿੰਗ ਕਾਹਦੀ ਯੈਸ ਨੋ ਹਾਂ ਜਾਂ ਨਾ ਤਾਂ ਕੋਈ ਮੀਟਿੰਗ ਨਹੀਂ ਹੁੰਦੀ ਤਾਂ ਜਿਹੜਾ ਬੂਟਾ ਸਿੰਘ ਬੁਰਜਗਿੱਲ ਹੈ ਉਹਨੇ ਕਿਹਾ ਕਿ ਅਸੀਂ ਯੈਸ ਨੋ ਤੋਂ ਅੱਗੇ ਜਾ ਕੇ ਗੱਲ ਕਰਾਂਗੇ ਮੈਂ ਕਿਹਾ ਬਿਆਨ ਦਿਓ ਅਖਬਾਰ 'ਚ ਬੂਟਾ ਸਿੰਘ ਨੇ ਇਹਨਾਂ ਨੇ ਬਿਆਨ ਦਿੱਤਾ ਕਿ ਸਾਡੀ ਮੀਟਿੰਗ ਹੋਣੀ ਚਾਹੀਏ ਔਰ ਅਸੀਂ ਯੈਸ ਨੋ ਤੋਂ ਅੱਗੇ ਵੱਧ ਕੇ ਗੱਲ ਕਰਾਂਗੇ ਫਿਰ ਮੀਟਿੰਗ ਕਰਾਈ ਅੜੀ ਉੱਥੇ ਦੀ ਉੱਥੇ ਔਰ ਉਹਦੇ ਬਾਅਦ ਸਾਡੀ ਜਿਹੜੀ ਸੈਂਟਰ ਦੀ ਟੀਮ ਹੈ ਸੈਂਟਰ ਦੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਵਾਰ ਵਾਰ ਇਹ ਗੱਲ ਕਹੀ ਕਿ ਤੁਹਾਡੀ 5-7 ਬੰਦਿਆਂ ਨਾਲ ਗੱਲ ਸਾਡੀ ਕਰਾਓ ਗੱਲ ਕਰਕੇ ਅਸੀਂ ਕਿਸਾਨ ਹਿੱਤ ਦੇ ਵਿੱਚ ਖਰੜਾ ਤਿਆਰ ਕਰ ਲਈਏ ਕੱਚਾ ਖਰੜਾ ਤਿਆਰ ਕਰ ਲਈਏ ਵੀ ਕਿਸਾਨ ਹਿੱਤ ਵਿੱਚ ਕੀ ਗੱਲਾਂ ਔਰ ਅਸੀਂ ਸਮਝ ਲਈ ਹੋ ਸਕਦਾ ਸਾਨੂੰ ਕਿਸ ਚੀਜ਼ ਦੀ ਸਮਝ ਨਾ ਹੋਵੇ ਏਜੰਡੇ 'ਤੇ ਜਾ ਕੇ ਗੱਲ ਕਰਨੀ ਤਾਂ ਫਿਰ ਏਜੰਡੇ 'ਤੇ ਗੱਲ ਹੁੰਦੀ ਹੈ ਏਜੰਡੇ ਤੋਂ ਬਾਹਰ ਗੱਲ ਨਹੀਂ ਜਾ ਸਕਦੀ ਕਿਉਂਕਿ 40-45 ਹੁੰਦੇ ਆ ਉੱਥੇ ਮੀਡੀਆ ਹੁੰਦਾ ਉੱਥੇ ਫਿਰ ਗੱਲ ਜਿਹੜੀ ਹੈ ਉਹ ਨਹੀਂ ਹੁੰਦੀ ਏਜੰਡੇ 'ਤੇ ਗੱਲ ਹੁੰਦੀ ਹੈ ਬਿੰਦੂਆਂ 'ਤੇ ਗੱਲ ਹੁੰਦੀ ਹੈ ਇਸ ਬਿੰਦੂ 'ਤੇ ਆ ਜਾਓ ਇਸ ਬਿੰਦੂ 'ਤੇ ਆ ਜਾਓ ਅਤੇ ਅਗਰ ਆਰਜ਼ੀ ਤੌਰ 'ਤੇ ਆਪਾਂ ਭਾਈਚਾਰੇ ਨਾਲ ਗੱਲ ਕਰਾਂ ਕਈ ਵਾਰੀ ਮੈਨੂੰ ਕੋਈ ਗੱਲ ਦੀ ਸਮਝ ਨਹੀਂ ਤੁਸੀਂ ਸਮਝਾ ਦਿਓ ਵੀ ਆਪਾਂ ਐਵੇਂ ਕਰ ਲਈਏ ਐਵੇਂ ਕਰ ਲਈਏ ਸੈਂਟਰ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨ ਹਿੱਤੇ ਸੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਔਰ ਪੰਜਾਬ ਦੇ ਜਿਹੜਾ ਜਿੰਨਾ ਪਿਆਰ ਪ੍ਰਧਾਨ ਮੰਤਰੀ ਪੰਜਾਬ ਔਰ ਪੰਜਾਬੀਆਂ ਨੂੰ ਕਰਦਾ ਹੈ ਆਪਾਂ ਸਾਰੇ ਇਹ ਚੀਜ਼ ਨੂੰ ਦੇਖ ਚੁੱਕੇ ਮੇਰੇ ਕਹਿਣ ਦੀ ਗੱਲ ਨਹੀਂ ਹੈ ਤਾਂ ਉਹ ਜਦੋਂ ਇਹ ਕਦੇ ਵੀ ਤਿਆਰ ਨਹੀਂ ਹੋਏ ਅਸੀਂ ਜਾਵਾਂਗੇ ਤਾਂ ਇਕੱਠੇ ਜਾਵਾਂਗੇ ਸੱਦਾ ਪੱਤਰ ਆਵੇ ਮੀਟਿੰਗ ਕਰਾਂਗੇ ਰਾਜਨਾਥ ਜੀ ਗੱਲ ਕਰਾਈ ਸੀ ਰਾਜੇਵਾਲ ਸਾਹਿਬ ਨੇ ਰਾਜੇਵਾਲ ਸਾਹਿਬ ਨਾਲ ਰਾਜਨਾਥ ਜੀ ਨੇ ਬੜੀ ਪਿਆਰ ਨਾਲ ਗੱਲ ਕੀਤੀ ਸੀ ਕਿ ਮੈਂ ਅੱਜ ਕਿਸਾਨ ਤੁਹਾਡੇ ਨਾਲ ਗੱਲ ਕਰਦਾ ਮੈਂ ਕੋਈ ਡਿਫੈਂਸ ਮਿਨਿਸਟਰ ਨਹੀਂ ਆ ਜਾਓ ਮੇਰੇ ਕੋਲ ਤੁਸੀਂ ਕਿ ਅੱਜ ਇਕੱਲਾ ਨਹੀਂ ਆਊਂਗਾ ਤੁਸੀਂ ਕਿੰਨੇ ਆਓ ਜਿੰਨੇ ਆਓ ਮੇਰੇ ਕੋਲ ਭੇਜ ਦਿਓ ਆਪਾਂ ਇੱਥੇ ਘਰੇ ਬੈਠਾਂਗੇ ਜਿਹਦੀ ਲੋੜ ਹੈ ਮੈਂ ਸੱਦ ਲਾਂਗਾ ਆਪਾਂ ਚਰਚਾ ਕਰਾਂਗੇ ਚਰਚਾ ਕਰਕੇ ਔਰ ਜਿਹੜਾ ਸਮਾਧਾਨ ਹੈ ਆਪਾਂ ਕਿਸਾਨਾਂ ਦੇ ਹਿੱਤ ਵਿੱਚ ਆਪਾਂ ਕਰ ਲਾਂਗੇ ਉਹੀ ਨਾ ਅਗਰਵਾਲ ਸਾਹਿਬ ਸਵਾਲ ਮੇਰਾ ਹੁਣ ਤੁਹਾਨੂੰ ਹੈ ਜੀ ਕਿ ਕਹਿੰਦੇ ਕਿ ਚਰਚਾ ਤਾਂ ਅਸੀਂ ਕੀਤੀ ਹੈ ਹਾਂ ਨਾ ਦੀ ਵੀ ਗੱਲ ਕੀਤੀ ਹੈ ਪਰ ਅਸੀਂ ਚਰਚਾ ਵੀ ਕੀਤੀ ਹੈ ਅਤੇ ਖਰੜਾ ਵੀ ਤਿਆਰ ਕੀਤਾ ਹੈ ਕਿ ਇਹਦੇ ਵਿੱਚ ਗਲਤੀਆਂ ਕਿਹੜੀਆਂ ਕਿਹੜੀਆਂ ਨੇ ਪਰ ਕਹਿੰਦੇ ਕਿ ਉਸ ਤੋਂ ਬਾਵਜੂਦ ਕਿਉਂ ਨਹੀਂ ਸਾਡੇ ਨਾਲ ਗੱਲ ਕਰ ਰਹੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਈ ਵਾਰ ਸਮਾਂ ਦਵਾਇਆ ਹੈਗਾ ਇਹਨਾਂ ਨੂੰ ਗੱਲਬਾਤ ਕਰਵਾਈ ਹੈ ਕਿ 22 ਜਨਵਰੀ ਤੋਂ ਬਾਅਦ ਤੁਹਾਡੇ ਦੋਵਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਦੀ ਦੁਬਾਰਾ ਸਰਕਾਰ ਦੇ ਨਾਲ ਗੱਲਬਾਤ ਕਰਵਾਉਣ ਦੀ ਕਰਵਾਈ ਗੱਲਬਾਤ ਇਕੱਲੇ ਇਕੱਲੇ ਨਾਲ ਸਾਡੇ ਸੀਨੀਅਰ ਕੈਬਨਿਟ ਮਿਨਿਸਟਰ 22 ਜਨਵਰੀ ਤੋਂ ਬਾਅਦ 26 ਜਨਵਰੀ ਹਾਂਜੀ ਨਹੀਂ ਹੋਈ ਹੈ ਉਹਨਾਂ ਨੂੰ ਕਿਹਾ ਉਹ ਕਹਿੰਦੇ ਸੀ 2 ਦਿਨ ਬਾਅਦ ਆਉਂਦੇ ਹਾਂ ਜੀ ਸਲਾਹ ਕਰਕੇ ਦੱਸਾਂਗੇ ਔਰ 7-8 ਲੋਕਾਂ ਨਾਲ ਅਲੱਗ ਅਲੱਗ ਗੱਲ ਹੋਈ ਕੋਈ ਵੀ ਦੁਬਾਰਾ 2 ਦਿਨ ਬਾਅਦ ਆਇਆ ਨਹੀਂ ਔਰ ਅੱਜ ਤੱਕ ਉਹ 2 ਦਿਨ ਨਹੀਂ ਆਏ ਔਰ ਇਹ ਤਾਂ ਐਵੇਂ ਖਾਮ ਖਾ ਕੇਂਦਰ ਸਰਕਾਰ ਨੂੰ ਬਲੇਮ ਕਰਨ ਵਾਲੀ ਗੱਲ ਆ ਸਾਡੇ ਲੀਡਰ ਵੀ ਕੁਛ 1-2 ਅੱਜ ਕੱਲ੍ਹ ਬੋਲਣਾ ਸ਼ੁਰੂ ਹੋ ਗਏ ਨੇ ਔਰ ਉਹਨਾਂ ਦੀ ਆਪਣੀ ਮਨਸ਼ਾ ਹੁੰਦੀ ਆ ਕੇਂਦਰ ਦੀ ਕੋਈ ਗਲਤੀ ਨਹੀਂ ਇਹਦੇ 'ਚ ਕਿ ਵੀ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੇ ਨਹੀਂ ਡਿਫੈਂਸ ਕਰ ਰਹੇ ਮੈਂ ਉਹ ਨਹੀਂ ਜੀ ਨਹੀਂ ਉਹ ਗੱਲ ਸੁਣੋ ਜੀ ਸੈਂਟਰ ਨੂੰ ਵੀ ਨਹੀਂ ਡਿਫੈਂਸ ਕਰ ਰਹੇ ਪਹਿਲੀ ਗੱਲ ਤਾਂ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਸਾਡੇ ਕਿਸੇ ਵਰਕਰ ਨੇ ਅਸੀਂ ਤਾਂ ਕੇਂਦਰ ਸਰਕਾਰ ਦੀ ਗੱਲ ਦੱਸੀ ਵੀ ਇਹ ਕਾਨੂੰਨ ਵਾਪਸ ਨਹੀਂ ਹੋਣੇ ਕਿਸੇ ਹੋਰ ਵਰਕਰ ਨੇ ਪੰਜਾਬ ਦੇ ਲੀਡਰ ਨੇ ਕਦੇ ਇਹ ਬੋਲਿਆ ਕਿ ਕਾਨੂੰਨ ਇਹੀ ਰਹਿਣਗੇ ਨਾ ਕਦੇ ਸਲਾਹ ਦਿੱਤੀ ਕੇਂਦਰ ਨੂੰ ਨਾ ਕਦੇ ਉਹਨਾਂ ਨੇ ਬੋਲਿਆ ਉਹਨਾਂ ਦੇ ਘਰ ਕਿਉਂ ਘੇਰੇ ਹੋਏ ਆ ਉਹਨਾਂ 'ਤੇ ਹਮਲੇ ਕਿਉਂ ਹੁੰਦੇ ਆ ਉਹਦੇ ਲਈ ਤਾਂ ਸਾਡਾ ਕੋਈ ਲੀਡਰ ਬੋਲਦਾ ਨਹੀਂ ਹੈ ਠੀਕ ਹੈ ਗੱਲ ਔਰ ਇਹ ਗੁੰਡਾਗਰਦੀ ਹੁੰਦੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਕਰਵਾ ਰਿਹਾ ਰਾਜਨੀਤਿਕ ਆਤੰਕਵਾਦ ਇਹਨੂੰ ਕਹਿੰਦੇ ਆ ਜਦੋਂ ਉਹਨਾਂ ਨੇ ਕਿਸੇ ਨੇ ਕਿਹਾ ਹੀ ਨਹੀਂ ਹੈ ਅਸੀਂ ਵੀ ਕੇਂਦਰ ਦੀ ਗੱਲ ਦੱਸੀ ਵੀ ਇਹ ਕਾਨੂੰਨ ਜਿਹੜੇ ਆ ਇਹ ਰਿਪੀਲ ਨਹੀਂ ਹੋਣੇ ਕਾਨੂੰਨ ਵਧੀਆ ਨੇ
ये तो असी भी तो 15-15, 20-20 बार पढ़ ले, सानू तो कोई खराबी लगी नहीं। जे वधिया कानून ना होंदे, ये 50-60 घंटे बैठ लेने 11 बार, उहदे च कुछ कट्टिया जांदा, केंद्र मंदा उस गल ते, उहदे च जोड़न की गल तो हुई है, कट्टण की गल कुछ नहीं हुई। हुण समझ गए तुसीं? पर ये कहें कि चलो ठीक है, तुसीं जिहड़ा तीसरा फॉर्म लैके आए हो, जिहड़ा हैगा कि ज जमा करदे आ जिहड़ा अनाज, जिहड़ी तुसीं सोध कीती है, उहदी सोध वापस लड़ो जे रद्द नहीं करना तां। इहनां ने तां इह वी कहता सीगा, तीन खेती कानून ने कहते तिना जो एक हैगा वो सोध नू वापस लै लो, तुसी असी उहदे ते भी मंजूर हैगे आ। एक मिनट सुन लो, गल उन्होंने 50 बार कहता भी एक्सैप्टेबल प्रपोजल दिओ, वो एक्सैप्टेबल प्रपोजल नहीं दिंदे। वो तो एको ही गल, जैस नो ठीक आ। एक कोई वो लैके बैठ जाता, जितांगे जां मरांगे तख्ती लैके अंदर जाके, जां कुर्सियां घुमा के बैठ जाते, तीन तीन मिनिस्टरां नू अपमानित करना कोई गल आ? ये गल्लां ठीक नहीं है। इस करके ये जिहड़ा व्यवहार आ यही अच्छा नहीं है। जदों तक तुहाडा व्यवहार अच्छा नहीं होएगा तो फैसला अच्छा किदां हो जाएगा? हुण तुसीं समझ गए। जैनी साहब, तुहाडे ही जिहड़े भाजपा दे आगू ने अनिल जोशी होरां ने इह तुहाडे ही सवाल का जवाब दिंदे कहा, कहिंदे कि तुसीं कहिंदे हो कि क्यों घरां दा घिराव किया हुआ, क्यों जिहड़े शब्द हैगे आ चंगे नहीं वरते जाते? कहिंदे कि तुसीं किसानां दी सुणोगे नहीं, जेकर उन्होंने तुम अपने नाल मीटिंग लिए नहीं सदोंगे तो उन्होंने आकना ही है। उन्होंने तुम देखो कि किन्ना समा बैठे रहे हैं, शांतिपूर्वक बैठे रहे हैं, घर का घराव किया हुआ। कहते जो आक जाते हैं तो वो इस काम से आए हैं, तो अनिल जोशी खुद कह रहे हैं ये तो पहले तौर पर बैठे ने। इस तरह उन्होंने पहले तौर पर बैठे ने कह तो कहें भी असी जोड़ा है शांतिपूर्वक है, वो सानू पता ना शांतिपूर्वक है जी, शांतिपूर्वक है। और तुम इंटरव्यू ले रहे हो, हूँ थले देखो किस तरह के शब्द आ गई, और जोड़े गलत शब्द लिखते हैं, मैं तो कहना असल माँ प्यो नहीं है और आमदे ने जिहड़े गलत किसी नूं लिखदे आ, तुसीं राय दिओ, सुझाव दिओ, सुझाव दिओ। और जिहड़े गलत लिखदे ने वो बंदे दी सोच ही घटिया है और घटिया परिवार तो लोग ने, और तुसीं राय दिओ, सुझाव दिओ। असीं पंजाब दे आ, असीं किसान भी हैगे आ, और आह गल कहनी भी सरकार गल नहीं सुनदी, और कानूनों का मैं कहना भी मोदी का विरोध है, कानून का विरोध नहीं। हुण मैनूं कोई पुछ लेगा किवें, मैनू यह दसो भी कानून तो पंजाब च ऑलरेडी पहले बन गए। मेरी एक पूरी गल सुन लो कि यह कानून जिहड़ा है कैप्टन साहब सरकार सी तो एक बड़े घराना नू गेट जिहड़े खोले सी तो कैप्टन साहब ने खोले सी, तो जो विधानसभा च ऑन रिकॉर्ड गल है, और कंट्रैक्ट फार्मिंग की पास की बादल साहब ने की सी, तुसीं वी नाल सी उदों? हाँ नाल सी, असीं कदों कदा उदों क्यों नहीं विरोध किया? उदों कानून चंगे सीगे, तो जो मोदी ने वो सोध करके कानून दोनों मिलाओ तो सही, फिर मोदी ने जो पास किया विरोध होया तो मैं दसो MSP की कर दे, MSP तो लागू है, अज भी लागू है, हूँ भी रेट बधाए है, MSP कोई घटी तो नहीं, मंडी कोई चक्की नहीं जानी, कहते मंडी चक्की किवें चक्की जाऊगी, जाऊगी और गाह के उत्ते कहीं संघर्ष होया, एक कहते सड़ता बंद हो जूगी, जमीन बिक जूगी, और जमीन कौन ले जाए, अडानिया बड़ी जमीन ले जाएंगे? पर जड़े साहब शक से भी दूर नहीं ना कर पाए। एक गल मैं तुम दस पुछना चाहता, देखो बड़ी शर्म आती है मैंने, कल उगरा साहब है इंटरव्यू दे रहे, स्टेज के उत्ते भाषण दे रहे, कहते जी सरों जी जिमीदार की ना बाबा रामदेव ने खरीद ली, बी खरीद ली 7,000 सानू मिले है, साढ़े बाबा काला चोर खरीदे, असी करे तो नहीं रखनी सरों, साड़ी फसल कोई खरीदे, जमींदार ने फसल बेचनी है ना, बोले जी उन्हें खरीद ली, लहज में की है भी कोई खरीदो, उत्थे कोई रामदेव बाबे ने आ तो सरकार ने तो सस्ती खरीद के दी नहीं, ऑक्शन च बोली च हुई है, वो तेली ने भी खरीदी है, और जिन्होंने और व्यापार करके स्टॉक कर दिया उन्होंने भी खरीदी है। तो वो किस तरह की गल करते हैं कि बाबा रामदेव ने सरों खरीद ली, और बाद च गल कहते हैं कि सुनो भाई ये स्टॉक कर दे, तुहानू गोभी नहीं मिलनी, तुहानू आलू नहीं मिलने, तुहानू कणक नहीं मिलनी, मिलनी तुहानू उन्होंने देनी है, किसान ने देनी है। राज हो गया तां बहुत महंगाई दे विच, मेरी गल सुनो, कदी महंगाई है? किसान मैं किसान हाँ, अगर मैं नीयत नाल कम करा तो मैं सिर्फ मंडी तो नमक लेना पैंदा, नमक कोई चीज़ नहीं लेनी पैंदी, मेरे खेत च पैदा होंदी है, और कदे भी कोई जमींदार पिंडू बंदा कदे भी कणक खरीदन नहीं जांदा, सारे आपदे साल का स्टाक रख लेंदे ने, और पिंड दे चक्की च बिछा के आटा लैंदे। पहले मैनूं याद है कि पहला कणकां भरदे होंदे सी, बोरियां भरदे होंदे सी, ड्रम भरदे होंदे सी, अजकल तां रेडीमेड आउंदियां ने, रेडीमेड दा रेट देखो तुसीं किन्ना हो जाऊगा, जो प्राइवेट प्लेयर की रेडीमेड आंदे जनाब, सारे फिर चाहे पिंडां च मैं रहिंदा, सारे पिंडां च है मेरे तो, तुसी लोग भी शहरी जेब च भी तर कोई बाबे रामदेव का आटा खावे तो खावे, कोई धक्का थोड़ा भी तुसी ओही खाओ, वो अगले नेटवर्क मिट्टी तुसी खाओ, जिहड़ा पिंडां दे विच लोग असी सारी चीज़ा स्टॉक पहले रख लैंदे, सानू 12 महीने का कणक किन्नी चाहिए है, बोरियां भरी होंदी है, कट्टा पिसा के लैंदे खा लैंदे, फिर पिसा के लैंदे खा लैंदे, ताज़ा पिसांदे पिंड दे विच, कोई भी कणक आटा मुल लैण नहीं जांदा, आपदा साल का जदों कणक आंदी है ना जी, भावें कोई हड़ी कट के
ਭਾਵੇਂ ਕੋਈ ਕਿਸੇ ਦੇ ਨੌਕਰ ਸ਼੍ਰੀ ਰਹਿੰਦਾ ਉਹ ਵੀ ਕਹਿੰਦਾ ਜਿਹੜੀ ਕਣਕ ਮੈਨੂੰ ਦੇਣੀ ਹੈ ਉਹ ਘਰੇ ਰੱਖ ਲੈਂਦਾ ਯਾਨੀ ਕਿ ਜਿਹੜੀ ਸਬਜ਼ੀ ਸੁਬਜ਼ੀ ਆ ਤਾਂ ਅਸੀਂ ਜਿਹੜੇ ਆਪ ਕਿਸਾਨ ਜਿਹੜੇ ਹੈ ਅਸੀਂ ਸੋਲ ਹੋ ਗਏ ਨਹੀਂ ਤਾਂ ਸਾਨੂੰ ਤਾਂ ਮੈਂ ਤੁਹਾਨੂੰ ਕਹਿੰਦਾ ਕਿਸਾਨ ਨੂੰ ਤਾਂ ਇੱਕ ਨਮਕ ਜਿਹੜਾ ਹੈ ਉਹ ਮੁੱਲ ਲੈਣਾ ਪੈਂਦਾ ਬਾਕੀ ਕੋਈ ਚੀਜ਼ ਨਾ ਮੁੱਲ ਨਹੀਂ ਲੈਣੀ ਪੈਂਦੀ ਤਾਂ ਫਿਰ ਇਹ ਜੀ ਸਟੇਜਾਂ 'ਤੇ ਗੱਲਾਂ ਕਰਦੇ ਗੁੰਮਰਾਹ ਕਰਦੇ ਹੈ ਬਾਬੇ ਨੇ ਸਰੂ ਖਰੀਦ ਲਈ ਅਡਾਣੀ ਆ ਜੋ ਅਬਾਣੀ ਅਡਾਣੀ ਸੁਣੋ ਵੱਡੇ ਘਰਾਣੇ ਅੱਜ ਦੇ ਆਏ ਅੰਗਰੇਜ਼ਾਂ ਤੋਂ ਪਹਿਲੇ ਟਾਟਾ ਡਾਲਮੀਆ ਬਿਡਲਾ ਸਾਰੇ ਸੀ ਕੁਝ ਕਾਰਨ ਨੇ ਜਿਨ੍ਹਾਂ ਕਰਕੇ ਕਿਸਾਨ ਤੁਹਾਡੇ 'ਤੇ ਇਹ ਇਲਜ਼ਾਮ ਲਗਾਉਂਦੇ ਨੇ ਕੁਝ ਨਜ਼ਦੀਕੀਆਂ ਨੇ ਜਿਨ੍ਹਾਂ ਕਰਕੇ ਇਹ ਇਲਜ਼ਾਮ ਤੁਹਾਡੇ 'ਤੇ ਲੱਗਦੇ ਨੇ ਗਰੇਵਾਲ ਸਾਹਿਬ ਤੁਹਾਡੀ ਪਾਰਟੀ ਨੂੰ ਕਿਹਾ ਜਾਂਦਾ ਕਿ ਐਰੋਗੈਂਸੀ ਵਾਲੀ ਪਾਰਟੀ ਆ ਬਹੁਮਤ ਵਾਲੀ ਪਾਰਟੀ ਆ ਜਿਹਦੇ ਕਰਕੇ ਇੱਕ ਤੋਂ ਬਾਅਦ ਇੱਕ ਜੋ ਕਾਨੂੰਨ ਨੇ ਜੋ ਪਹਿਲਾਂ ਮੈਨੀਫੈਸਟੋ 'ਚ ਲਿਖੇ ਵੀ ਗਏ ਸਨ ਉਹ ਹੁਣ ਪੂਰੇ ਕਰ ਰਹੇ ਨੇ ਪਰ ਕਹਿ ਰਹੇ ਨੇ ਕਿ ਲੋਕਾਂ ਦੀ ਆਵਾਜ਼ ਬਿਲਕੁਲ ਨਹੀਂ ਸੁਣੀ ਜਾ ਰਹੀ ਇਹਦੇ ਵਿੱਚ ਪਰ ਦੂਜੇ ਪਾਸੇ ਕਸ਼ਮੀਰ ਦੇ ਵਿੱਚ ਇੱਕ ਲੜਕੀ ਦੀ ਇੱਕ ਵੀਡੀਓ ਹੁੰਦੀ ਹੈ ਜੀ ਵਾਇਰਲ ਹੁੰਦੀ ਹੈ ਛੋਟੀ ਬੱਚੀ ਸ਼ਾਇਦ ਤੁਸੀਂ ਵੀ ਦੇਖੀ ਹੋਗੀ ਬੜੀ ਵਾਇਰਲ ਹੋਈ ਸੀ ਉਹ ਕਹਿੰਦੀ ਆ ਮੋਦੀ ਸਾਹਿਬ ਪੇਪਰਾਂ ਦਾ ਸਟ੍ਰੈਸ ਬਹੁਤ ਹੈ ਤਾਂ ਵਿਦਇਨ 1 ਆਵਰ ਉਸ ਬੱਚੀ ਦੀ ਰਾਜਪਾਲ ਸਾਹਿਬ ਉਹਨਾਂ ਨੇ ਸੁਣੀ ਕਿਸਾਨ ਦਿੱਲੀ ਦੇ ਬਰੂਹਾਂ 'ਤੇ ਬੈਠੇ ਨੇ 8 ਮਹੀਨੇ ਹੋ ਗਏ ਨੇ ਜੀ ਮੌਤਾਂ ਕਿੰਨੀਆਂ ਹੋਈਆਂ ਨੇ ਖੁਦਕੁਸ਼ੀਆਂ ਵੀ ਹੋਈਆਂ ਨੇ ਉਹਨਾਂ ਬਾਰੇ ਪ੍ਰਧਾਨ ਮੰਤਰੀ ਦੇ ਮੂੰਹੋਂ ਹਾਲੇ ਤੱਕ ਇੱਕ ਸ਼ਬਦ ਨਹੀਂ ਨਿਕਲਿਆ ਗਾ ਕੀ ਤੁਸੀਂ ਗੱਲਾਂ ਕਰੀ ਜਾਂਦੇ ਹੋ ਯਾਰ ਸਾਡੇ 3-3 ਮਿਨਿਸਟਰਾਂ ਨੇ ਉੱਥੇ ਸ਼ਰਧਾਂਜਲੀ ਦਿੱਤੀ ਹੈ ਕਿਸਾਨਾਂ ਨਾਲ ਖੜੇ ਹੋ ਕੇ ਮੋਦੀ ਜੀ ਤੋਂ ਬਿਨਾਂ ਹੀ ਦਿੱਤੀ ਅਸੀਂ ਕੋਈ ਗੱਲ ਕਰਾਂਗੇ ਤਾਂ ਮੋਦੀ ਜੀ ਤੋਂ ਬਿਨਾਂ ਕਰਾਂਗੇ ਇਹ ਨਾ ਗੱਲਾਂ ਕਰ ਜਿੱਥੇ ਵਿਗਿਆਨ ਭਵਨ ਦੇ ਅੰਦਰ ਮੀਟਿੰਗ ਦੇ ਅੰਦਰ ਨਹੀਂ ਮੋਦੀ ਸਾਹਿਬ ਕਿਉਂ ਮੌਜੂਦ ਹੈ ਸਭ ਜਗ੍ਹਾ ਮੋਦੀ ਸਾਹਿਬ ਮੌਜੂਦ ਰਹਿਣਗੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹ ਹੈ ਕੀ ਗੱਲਾਂ ਕਰਦੇ ਨੇ ਪ੍ਰਧਾਨ ਮੰਤਰੀ ਬਾਰੇ ਜਿਹੜਾ ਵੀ ਆਮ ਆਦਮੀ ਪਾਰਟੀ ਵਾਲੇ ਨੇ ਉਹਨਾਂ ਨੂੰ ਨਾਂ ਵੀ ਲੈਣਾ ਨਹੀਂ ਆਉਂਦਾ ਅਸੀਂ ਜੇ ਕੇਜਰੀਵਾਲ ਜੀ ਕਹਿੰਦੇ ਹਾਂ ਤਾਂ ਕੇਜਰੀਵਾਲ ਜੀ ਕਹਿੰਦੇ ਹਾਂ ਉਹ ਕਹਿਣਗੇ ਮੋਦੀ ਮੋਦੀ ਇਹ ਕੋਈ ਬੋਲਣ ਦੀ ਗੱਲ ਆ ਇਹ ਕੋਈ ਭਾਸ਼ਾ ਹੈਗੀ ਆ ਉਹ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਹੀਂ ਹੋ ਸਕਦਾ ਬੋਲਣ ਦਾ ਤਰੀਕਾ ਉਹਨਾਂ ਦੇ ਧਰਨੇ ਪ੍ਰਦਰਸ਼ਨ ਕਰਨ ਦਾ ਤਰੀਕਾ ਤੁਹਾਨੂੰ ਵਾਅਦੇ ਧਰਨੇ ਪ੍ਰਦਰਸ਼ਨ ਦਾ ਤਰੀਕਾ ਨਹੀਂ ਸੁਣ ਲਓ ਸਰਦਾਰ ਸਰਦਾਰਾ ਸਿੰਘ ਜੋਹਲ ਬਹੁਤ ਵਿਦਵਾਨ ਵਿਅਕਤੀ ਹੈ ਵਾਈਸ ਚਾਂਸਲਰ ਵੀ ਰਹੇ ਉਹ ਗੱਲ ਸੁਣ ਲਓ ਕਿਉਂ ਵਿੱਚੋਂ ਗੱਲ ਕੱਢਦੇ ਹੋ ਯਾਰ ਮੈਨੂੰ ਬੋਲਣ ਦਿਓ ਮੇਰੀ ਗੱਲ ਮੈਨੂੰ ਪਤਾ ਉਹਨਾਂ ਨੇ ਲਿਖਿਆ ਲਿਖਣ ਤੋਂ ਬਾਅਦ ਕਾਨੂੰਨਾਂ ਦੀ ਸਿਫਤ ਕੀਤੀ ਹੈ ਸਾਰੀ ਉਹ ਕਹਿੰਦੇ ਇੱਕ ਦੋ ਗੱਲਾਂ ਜਿਹੜੀਆਂ ਮੈਂ ਲਿਖਦਾ ਉਹ ਠੀਕ ਆ ਕਹਿੰਦਾ ਪਰ ਉਹ ਕਹਿੰਦੇ ਕਿ ਮੈਂ ਆਪਦਾ ਫੇਸਬੁੱਕ ਅਕਾਊਂਟ ਬੰਦ ਕਰਤਾ ਕਹਿੰਦੇ ਕਿਉਂ ਕਰਤਾ ਕਹਿੰਦੇ ਮਾਂ ਭੈਣ ਦੀਆਂ ਗਾਲਾਂ ਕੱਢਦੇ ਜੇ ਕਹੋ ਕਾਨੂੰਨ ਅੱਛੇ ਆ ਤਾਂ ਇਹ ਤਾਂ ਸੰਸਕਾਰ ਨੇ ਇਹਨਾਂ ਦੇ ਇਹ ਕਿਸਾਨਾਂ ਨੇ ਮੀਡੀਆ 'ਚ ਸੋਸ਼ਲ ਮੀਡੀਆ 'ਤੇ 80 ਲੱਖ ਰੁਪਇਆ ਕਿਸਾਨਾਂ ਤੋਂ ਗਰੀਬਾਂ ਤੋਂ ਇਕੱਠਾ ਕਰਕੇ ਉਹਦੇ 'ਤੇ ਖਰਚ ਕੀਤਾ ਕਿ ਗਾਲਾਂ ਕੱਢੋ ਇਹਨਾਂ ਨੂੰ ਬੀਜੇਪੀ ਵਾਲਿਆਂ ਤੋਂ ਜਿਹੜੇ ਕਾਨੂੰਨ ਦੇ ਹੱਕ 'ਚ ਗੱਲ ਕਰਦੇ ਆ ਤੁਸੀਂ ਗੱਲਾਂ ਉਹਨਾਂ ਦੀ ਤੁਸੀਂ ਕਰਦੇ ਹੋ ਸਾਹਮਣੇ ਨੇ ਤਾਂ ਅਰੇ ਦੁਨੀਆਂ ਦੇ ਸਾਹਮਣੇ ਨੇ ਇਹ ਅਸੀਂ ਨਹੀਂ ਸਾਹਮਣੇ ਲੈ ਕੇ ਆਉਣੇ ਇਹ ਦੁਨੀਆਂ ਦੇ ਸਾਹਮਣੇ ਆ ਪਰ ਗਰੇਵਾਲ ਸਾਹਿਬ ਤੁਸੀਂ ਵੀ ਸਮਝਦੇ ਹੋਣਾ ਕਿ ਐਟ ਦਾ ਐਂਡ ਸਰਦਾਰ ਸਿੰਘ ਜੋਹਲ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਹ 3 ਖੇਤੀਬਾੜੀ ਕਾਨੂੰਨ ਨਹੀਂ ਚਾਹੀਦੇ ਤਾਂ ਦੇਣੇ ਹੀ ਕਿਉਂ ਪੂਰਾ ਪੜ੍ਹ ਲਓ ਪਹਿਲਾਂ ਉਹ ਪੂਰਾ ਉਹਨਾਂ ਦਾ ਥੋੜਾ ਮੈਂ ਇਹਦੇ ਦੱਸਣਾ ਇੰਟਰਵਿਊ ਨਾ ਸੁਣੋ ਆਰਟੀਕਲ ਹਾਂ ਬਾਖੜਾ ਡੈਮ ਦਾ ਵਿਰੋਧ ਹੋਇਆ ਸੀ ਹਾਂ ਇਹ ਕਾਮ ਰਿਟਾ ਨੇ 8-9 ਮਹੀਨੇ ਧਰਨੇ ਦਿੱਤੇ ਸੀ ਪੁਤਲੇ ਵੀ ਸਾੜੇ ਸੀ ਫਿਰ ਬੰਦ ਕਰ ਦਿੰਦੇ ਬੋਲੋ ਕੰਬਾਈਨ ਦਾ ਵਿਰੋਧ ਫੋਰ ਲਾਈਨ ਆ ਕੰਬਾਈਨ ਆਈ ਉਹਦਾ ਵਿਰੋਧ ਹੋਇਆ ਇਹ ਤਾਂ ਸਾਰੀ ਕੰਪਿਊਟਰ ਦਾ ਹੋਇਆ ਫਿਰ ਇਹਨੇ ਵੱਖਰਾ ਵੱਖਰਾ ਇਸ ਵੱਖਰਾ ਬਈ ਇਹਦੇ ਹੋਰ ਕਾਰਨ ਨੇ ਉਹਦੇ ਹੋਰ ਕਾਰਨ ਨੇ ਸੁਣੋ ਭਾਰਤੀ ਜਨਤਾ ਪਾਰਟੀ ਵੋਟ ਦੀ ਰਾਜਨੀਤੀ ਨਹੀਂ ਕਰਦੀ ਦੇਸ਼ ਹਿੱਤ ਦੀ ਰਾਜਨੀਤੀ ਕਰਦੀ ਹੈ ਦੇਸ਼ ਦਾ ਭਲਾ ਹੋਵੇ ਕਿਸਾਨ ਦਾ ਭਲਾ ਹੋਵੇ ਦੇਖੋ ਵਿਰੋਧ ਕਰਕੇ ਅਸੀਂ ਚੀਜ਼ਾਂ ਛੱਡ ਜਾਈਏ ਤੁਸੀਂ ਕਹਿੰਦੇ ਹੋ ਜੀ ਕਾਨੂੰਨ ਦੇਖੋ ਮੈਨੂਫੈਸਟੋ 'ਚ ਅਸੀਂ ਜਿਹੜੀ ਗੱਲ ਕਰ ਰਹੀ ਹੈ ਮੈਨੂਫੈਸਟੋ 'ਚ ਕਿਹਾ ਨਹੀਂ ਮੰਦਰ ਬਣਾਵਾਂ ਮੈਨੂਫੈਸਟੋ ਕਿਹਾ ਵੀ 370 ਤੋੜਾਂਗੇ ਮੈਨੂਫੈਸਟੋ ਕਿਹਾ ਵੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਇਹ ਗੱਲਾਂ ਕਹੀਆਂ ਨਾ ਜਦੋਂ ਇਹ ਗੱਲ ਅਸੀਂ ਕਰ ਰਹੇ ਹਾਂ ਫਿਰ ਵਾਅਦਾ ਕਾਹਦਾ ਹੈ ਫਿਰ ਕਿਉਂ ਰੁਕਾਵਟਾਂ ਕਿਉਂ ਹੈ ਜਦੋਂ ਅਸੀਂ ਜਦੋਂ ਕਹਿ ਕੇ ਵੋਟਾਂ ਲਈਆਂ ਕਹਿ ਕੇ ਵੋਟਾਂ ਲਈ ਅਸੀਂ ਉਹ ਕੰਮ ਕਰ ਰਹੇ ਹਾਂ ਜਾਂ ਤੁਹਾਨੂੰ ਇਹ ਚੀਜ਼ਾਂ ਸਾਡੀ ਪਸੰਦ ਨਹੀਂ ਸੀ ਜਨਤਾ ਨੂੰ ਪਸੰਦ ਨਹੀਂ ਸੀ ਹਿੰਦੁਸਤਾਨ ਦੇ ਲੋਕਾਂ ਨੂੰ ਨਾ ਵੋਟ ਦਿੰਦੇ ਵੋਟ ਉਹਨਾਂ ਨੇ ਐਸੇ ਕਰਕੇ ਦਿੱਤੇ ਵੀ ਠੀਕ ਹੈ ਇਹ ਕੰਮ ਅਤੇ ਫਿਰ ਸਾਡਾ ਫਰਜ਼ ਨਹੀਂ ਹੈ ਮੈਨੂਫੈਸਟੋ ਜਿਹੜੀ ਗੱਲ ਆ ਗਈ ਅਸੀਂ ਉਹ ਕੰਮ ਕਰੀਏ ਹੁਣ ਮੋਦੀ ਸਾਹਿਬ ਅਗਰ ਦੂਸਰੀ ਵਾਰੀ ਆ ਗਏ ਦੁੱਗਣੀ ਆਮਦਨ ਦੀ ਗੱਲ ਕਹੀ ਹੈ ਯਾਰ 24 ਆ ਗਿਆ 24 ਜੇ ਆਮਦਨ ਦੁੱਗਣੀ ਨਾ ਹੋਵੇ ਅਗਰ ਅੱਛਾ ਕੰਮ ਨਾ ਹੋਵੇ ਤਾਂ ਵੀ ਵੋਟ ਰੂਪੀ ਤਾਕਤ ਜਿਹੜੀ ਸ਼ਹੀਦਾਂ ਲੈ ਕੇ ਦਿੱਤੀ ਹੈ ਸਭ ਤੋਂ ਵੱਡੀ ਤਾਕਤ ਹੈ ਨਾ ਸਾਨੂੰ ਕਿਸੇ ਨੂੰ ਹਥਿਆਰ ਚਲਾਉਣ ਦੀ ਲੋੜ ਨਾ ਕਿਸੇ ਦਾ ਘਰ ਘੇਰਨ ਦੀ ਲੋੜ ਨਾ ਕਿਸੇ ਨੂੰ ਅਪਸ਼ਬਦ ਬੋਲਣ ਦੀ ਲੋੜ ਸਭ ਤੋਂ ਵੱਡੀ ਤਾਕਤ ਸਾਨੂੰ ਵੋਟ ਦੀ ਦਿੱਤੀ ਹੈ ਅਸੀਂ ਵੋਟ ਨਾਲ ਆਪਦਾ ਜਿਹੜਾ ਬਦਲਾ ਲਈਏ ਕੌਣ ਕਹਿੰਦਾ ਪਰ ਇਹ ਕੋਈ ਗੱਲ ਅੱਛੀ ਨਹੀਂ ਹੈ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਨਾ ਹੋਵੇ ਹੁਣ ਸਾਡਾ MLA ਦੇਖੋ ਤੁਸੀਂ ਤਾਂ ਗੱਲ ਕਰਦੇ ਹੋ ਅਸੀਂ ਤਾਂ ਫਿਰ ਵੀ ਸ਼ਰਧਾਂਜਲੀ ਦਿੰਦੇ ਹਾਂ ਸਾਨੂੰ ਦੁੱਖ ਵੀ ਹੈ ਉਹ ਕਿਸਾਨ ਕੋਈ ਹੋਰ ਨਹੀਂ ਸਾਡੀ ਕਿਸਾਨ ਅਸੀਂ ਵੀ ਖੰਡਨ ਕਰਦੇ ਜੋ ਵਿਧਾਇਕ ਨਾਲ ਉੱਥੇ ਹੋਇਆ ਇੱਕ ਗੱਲ ਹੋਰ ਸੁਣੋ ਔਰ ਮੈਂ ਤਾਂ ਕਹਿੰਦਾ ਵੀ ਨਹੀਂ ਕਿਸਾਨ ਆਗੂ ਨੇ ਵੀ ਇਸ ਦਾ ਖੰਡਨ ਕੀਤਾ ਕਿਹਨੇ ਖੰਡਨ ਕੀਤਾ ਕਿ ਕਿਸਾਨ ਆਗੂ ਨੇ ਕਿਹਾ ਗਲਤ ਗੱਲ ਕਰਦੇ ਆ ਡੱਲੇਵਾਲ ਨੇ ਧਰਨਾ ਲਾਇਆ ਗਿਆ ਕ੍ਰਿਮੀਨਲ ਜਿਹਨੂੰ ਛੱਡੋ ਉਹ ਕਿਸਾਨ ਆਗੂਆਂ ਚੋਂ ਇੱਕ ਆ ਢੋਲ ਵਜਾਏ ਝੰਡੇ ਢੋਲ ਵਜਾਏ ਜਦੋਂ ਛੁੱਟ ਕੇ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਸੱਚੀ ਗੱਲ ਦੱਸੋ ਲੋਕਾਂ ਨੂੰ ਜਿਹੜਾ ਲੱਖੇਵਾਲ ਸੱਚੀ ਗੱਲ ਨਹੀਂ ਦੱਸਣੀ ਲੱਖੋਵਾਲ ਜਿਹੜਾ ਡਿਬੇਟ ਦੇ ਵਿੱਚ ਕਿਹਾ ਤੁਹਾਡੇ ਨਾਲ ਆਹੀ ਹੋ
यार 240 250 बंदे शराब पिया के नकली मारते और कैप्टन साहब ने गुटका की कसम खा के किन्ने अज नशे नाल बंदे मर रहे ने ओदी कोई गल नहीं। अच्छा जेडे बॉर्डर ते देखो सानू दुख इस चीज का और श्रद्धांजलियां भी दी है, देश के प्रधानमंत्री ने हाथ जोड़ के प्रार्थना की सी इत्थे बुजुर्गां नू बीमार मेरे भरावां नू मातावां नू ना रखो तुसी रह जाओ उन्हां नू घरे भेजो जेडे बीमार ने बच्चे ने लेडीज ने। मोदी साहब ने भी कहा सुप्रीम कोर्ट के जज ने भी कहा भी महामारी की गल करे बीमारी आ रही है ये मजाक करते मोदी नाटक कर रहे मोदी थाली भिजवा रहे मोदी आ कर रहे कितने बीमारी सानू गुमराह कर रहे दसो उदो ये नहीं हूँ जदों बीमार महामारी आ गई उदों ये कुछ करता नहीं यार करण तुसी नहीं देंदे ना हो करता नहीं ग्रेवाल साहब हरमीत कादियां बलवंत बहराम के ते अपना दर्शनपाल इन्हां कई आगुआं ने विरोध भी किया इस जो घटना हुई सी उत्थे इन्हां चीज़ां का खंडन भी किया कि अजिहा नहीं होना चाहिए शांतिपूर्वक ढंग नाल धरना चलाउणा नहीं तो फिर उन्होंने क्यों नहीं डल्लेवाल नूं कढ़िया आपदी उस चों संयुक्त किसान मोर्चा चों भी क्यों धरना ला रहे उत्थे हैं ते वैक्सीनेशन आप तो दो करवाई फिरदे आ किसानां नूं सलाह दिंदे तुसीं ना करवाओ और चड़ूनी ये कह रहा कि जे कोई थोड़े करोना हो जाए तो जाके बीजेपी वाले घर के बाहर रखे हो कि अपने परिवार के लोगों रखे होगा वो होस्पिटल ने कही जी गल करते हैं ये कोई बुद्धि वाली गल्ला ने ये हर चीज़ गलत करते हैं और सोच समझ के नहीं करते मोदी जी किसानों के अकाउंट दो दो हज़ार रुपया पाते हैं ये दो हज़ार उन्होंने को लैके तो हिसाब किताब भी नहीं देंगे आ फर्क है सोच बीजेपी की और उन्होंने सोच हुण इस सब के दौरान तुहाडी बीजेपी के खुद के कई बागी सुर भी निकलन लग गए मास्टर मोहन एक मिनट जी ये शिवजी का थड़ा एक गया तो दूजा खड़ा ये समुंदर आ 14 करोड़ तो वध मैंबरां दा दुनिया का सब तो बड़ा राजनीतिक दल है असी मैंबरशिप के हिसाब नाल ते जिन्हें साडे विचार साडे अच्छे होण जिन्हों साडी लीडरशिप च भरोसा होवे क्योंकि पंजाब ने जे मैं ते जैनी जी ने भी गल की है कितने जाके तो पंजाब बीजेपी की तरफों ही की है सारी गल करते रहे कोशिश करते रहे सानू मारन दी धमकियां देंदे रहे अपमानित करते रहे उसके बावजूद भी असी कोशिशां कीतियां उन्हां गल्लां नूं तां उह कहिंदे नहीं भाई ये क्यों करदे हो साडे एमएलए नूं क्यों मॉब लिंचिंग करती साडे वर्करां ते क्यों हमले कर रहे हो क्यों साडे वर्करां नूं घुम्मण दी आजादी नहीं है ये पंजाब आतंकवाद के पीरियड च भी ये नहीं होया ते उन्हां लीडरां नूं ये नहीं दिखाई दिंदा उन्हां नूं ये भी बोलना चाहिए वो बाकी गल्लां करी जांदे ने ये क्यों नहीं करदे इस करके ये ना करो ये डिसिप्लिन जिहड़ा तोड़न दी कोशिश कर रहे अनिल जोशी ते मास्टर मोहन लाल सब नूं रहना चाहिए उन्हां नूं नहीं कल्यां नूं नहीं उन्हां दा है ना जी एक गलत फहमी है वो तुहाडे नाल मैं करना चाहुंदा वो कहिंदे भी पंजाब बीजेपी ने कम नहीं किया एक उन्हां दी गलत फहमी है मैं दसना चाहुंदा मेरे सारे भारतीय जनता पार्टी वर्करां नूं कि जदों संघर्ष स्टार्ट हुंदे अश्विनी शर्मा जी और साडी टीम पूरे किसान जथेबंदियां नूं मिली मिलके साडी कमेटी बनाती असीं उहदे नाल रेगूलर उन्हां नाल टैचां मीटिंगां भी कराईआं है पर अगर ये कह भी कानून ही रद्द करो और कोई नहीं कहना मैं पूछना चाहना चलो कानून एक बार छड़ दो कर लेंगे जो होएगा पहले तुसी दसो चाह देखिए आप किसान हित विच की चाहते हो तो दसो समझता जिद छ अच्छी प्रपोजल तो दो सरकार ने भी कहता कि कानून एक व्यवस्था है तुसी चंगी प्रपोजल है आप पा दिने किसान हित विच पा दिने तो फिर की करेगी कानून तो चाहिए कि नहीं चाहिए जे असी अच्छी चीज दे दो पा देंगे कानून रद्द करो पहले फिर गल करो ये तो फिर की हो गया मैं तो लगता है कि बिलों का विरोध नहीं है जे कानून का विरोध होंदा तो पंजाब दे विच जो कैप्टन ने बनाया बादल साहब ने बनाया उदो विरोध होना सी जो ये जत्थेबंदियां किथे सी या ये होंद या ये कह देना सी उदो होंद दे विच नहीं सी ये राजेवाल साहब अरे कई कहते किसान आजाद करो इन्हें 40 दिन अंदर हिमाचल रह के पुछो तो सही उन्होंने कोई नहीं पुछता मीडिया भी नहीं पुछता मीडिया भी उंगल जिहड़ी है मीडिया की भी लोगों सारी बीजेपी जब जिस दिन मीडिया सही गल कर लग गया ना मीडिया एक आयना होंगे शीशा होंगे और सही दर्पण दिखा लग गया ना लोगों को समझ आ जाएगी सरदारा सिंह जोरी गल ही नहीं करते मीडिया गल नहीं करता मीडिया गल करता बीजेपी दबाने की गल करता है तुम आ करते हो जी किसान उ कादे वास्ते बैठे किसान है सरकार तो मनी जाती है और सरकार ने यह भी कहता भी रद्द की गल करो रद्द की गल कर दो असं होल्ड कर लें होल्ड कर लें कमेटी बना दें और कमेटी और टाइम ले ले गई ठंडे बस्ते से गल फिर की हो गया दसो मैं किन्ने कानून ठंडे बस्ते से पे है हाँ दसो फिर जिद भी रद्द करो जी रद्द जो तो कोई आंकड़ नहीं है जी वोटों नाल सरकार बनती कह दी आंकड़ा साड़ी कह दी आंकड़ा है असी तो एक एक बंदे जाके पैर फटते बाबा वोट दी और किसान कोई और नहीं है साड़ी है किसान
ਇਹ ਕੋਈ ਸਰਾਰਤੀ ਅੰਸਰ ਜਿਹੜੇ ਹੈ, ਕੁਛ ਹੋਰ ਸੋਚ ਲੋ ਸੋਚ ਜਿਹੜੀ ਹੈ ਉਹ ਇਹਦੇ ਪਿੱਛੇ ਕੰਮ ਕਰ ਰਹੀ ਹੈ। ਇਹ ਸਾਡੇ ਦੇਸ਼ ਦਾ ਨੁਕਸਾਨ ਹੈ, ਸਾਡੇ ਸੂਬੇ ਦਾ ਨੁਕਸਾਨ ਹੈ। ਔਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਬਹੁਤ ਵੱਡੀ ਸ਼ਾਨ ਜਿਹੜੀ ਹੈ ਦੇਸ਼ ਦੇ ਵਿੱਚ ਸੂਬਿਆਂ ਦੇ ਵਿੱਚ ਵੀ ਸੀ ਔਰ ਬਾਹਰ ਵੀ ਸੀ, ਔਰ ਕਿਸਾਨ ਜਥੇਬੰਦੀਆਂ ਨੇ ਉਹਦੇ 'ਚ ਢਾਲ ਆਈ ਹੈ, ਢਾਲ ਪਤਾ ਲੱਗੇਗਾ ਤੁਹਾਨੂੰ। ਜਾਣੀ ਸਾਹਿਬ, ਮੈਨੂੰ ਯਾਦ ਹੈ ਤੁਸੀਂ ਜਲੰਧਰ ਦਫ਼ਤਰ 'ਚ ਸਾਡੇ ਨਾਲ ਇੰਟਰਵਿਊ ਦੇਣ ਆਏ ਸੀਗੇ ਅਤੇ ਦਿੱਲੀ ਔਰ ਤੁਸੀਂ ਜਾਣਾ ਸੀ ਕੇਂਦਰ ਦੇ ਨਾਲ ਮੁਲਾਕਾਤ ਕਰਨ ਦੇ ਲਈ। ਉਹ ਤੁਸੀਂ ਕਿਹਾ ਸੀ ਕਿ ਮੈਂ ਪੰਜਾਬ ਪੱਖੀ ਹਾਂ, ਕਿਸਾਨਾਂ ਦੀ ਗੱਲਬਾਤ ਅੱਗੇ ਰੱਖਾਂਗਾ, ਜੋ ਇਹਨਾਂ ਦੇ ਸ਼ੰਕੇ ਨੇ ਔਰ ਦੂਰ ਕਰਾਵਾਂਗਾ। ਪਰ ਕੱਲ੍ਹ ਅਨਿਲ ਜੋਸ਼ੀ ਹੋਰਾਂ ਨੇ ਪ੍ਰਾਈਮ ਏਸ਼ੀਆ ਟੀਵੀ 'ਤੇ ਇੰਟਰਵਿਊ ਦਿੰਦੇ ਹੋਏ ਕਿਹਾ, ਕਹਿੰਦੇ ਕਿ ਇਹ ਸੁਰਜੀਤ ਜੈਨ ਅਤੇ ਹਰਜੀਤ ਗਰੇਵਾਲ ਦਿੱਲੀ ਗਏ ਸਨ, ਉੱਥੇ ਪਤਾ ਨਹੀਂ ਉਹਨਾਂ ਨੂੰ ਕਿਹੜਾ ਪਾਣੀ ਪਿਆ ਤਾ ਅਤੇ ਇਹਨਾਂ ਦੇ ਸੋਰੀ ਬਦਲ ਗਏ ਪੰਜਾਬ ਦੇ ਖਿਲਾਫ਼। ਅਸੀਂ ਸੁਣ ਨਹੀਂ ਬਦਲੇ, ਅਸੀਂ ਤਾਂ ਕਿਹਾ ਵੀ ਗੱਲ ਸੁਣੋ, ਅਸੀਂ ਸਰਕਾਰ ਦੇ ਉਲਟ ਸੀ ਵੀ ਗੱਲ ਸੁਣੋ, ਔਰ ਸਰਕਾਰ ਗੱਲ ਸੁਣਦੀ ਹੁਣ ਜਥੇਬੰਦੀਆਂ ਨਹੀਂ ਸੁਣਦੀ, ਹੁਣ ਅਸੀਂ ਸਰਕਾਰ ਦੇ ਨਾਲ ਆ, ਭਲੇ ਅਸੀਂ ਕਿਸਾਨ ਜਥੇਬੰਦੀ ਨਾਲ ਵੀ ਗੱਲ ਸੁਣੋ। ਔਰ ਸਾਡਾ ਉਹ ਮਨਿਸਟਰ 15 ਮਿੰਟ ਹੋਲਡ ਕਰੇ, ਉਹ ਕਹੇ ਲਿਆਓ ਮੀਟਿੰਗ ਕਰੋ, ਅਸੀਂ ਟਾਈਮ ਲੈ ਕੇ ਫਿਰ ਇਹ ਨਾ ਜਾਣ, ਫਿਰ ਅਸੀਂ ਕਿਸਾਨਾਂ ਨਾਲ ਕਿਵੇਂ ਖੜੀਏ? ਅਸੀਂ ਪਹਿਲੇ ਕਿਸਾਨਾਂ ਨਾਲ ਖੜੇ ਜੀ, ਸਰਕਾਰ ਗੱਲ ਸੁਣੇ, ਔਰ ਸਰਕਾਰ ਗੱਲ ਸੁਣਦੀ ਹੈ, ਅਸੀਂ ਸਰਕਾਰ ਨਾਲ ਖੜੇ ਹਾਂ। ਔਰ ਕਿਸਾਨ ਇਸ ਚੀਜ਼ ਨੂੰ ਕਹਿ ਦੇਣ, ਆ ਜਾਓ ਜਿਹੜੀ ਅੱਛੀ ਪ੍ਰਬੋਧਨ ਲਿਆਓ। ਅਸੀਂ ਤਾਂ ਇੱਥੋਂ ਤੱਕ ਕਹਿਤਾ ਸੀ ਵੀ ਕਿਸਾਨ ਆਤਮ ਹੱਤਿਆ ਜਿਹੜਾ ਹੈ ਕਿਸ ਕਰਕੇ ਕਰ ਰਿਹਾ, ਪੰਜਾਬ ਦਾ ਕਰਜ਼ੇ ਕਰਕੇ ਕਰ ਰਿਹਾ। ਅਸੀਂ ਤਾਂ ਕਰਜ਼ੇ ਦੀ ਪ੍ਰਪੋਜ਼ਲ ਦਿੱਤੀ, ਆਓ ਆ ਪ੍ਰਪੋਜ਼ਲ, ਔਰ ਸਾਨੂੰ ਪ੍ਰਪੋਜ਼ਲ ਜਿਹੜੀ ਹੈ ਤੋਮਰ ਸਾਹਿਬ ਨੇ ਔਰ ਅਮਿਤ ਸ਼ਾਹ ਨੇ ਕਿਹਾ ਵੀ ਪ੍ਰਪੋਜ਼ਲ ਇਸ ਤਰ੍ਹਾਂ ਦੀ ਹੋ ਸਕਦੀ ਹੈ ਵੀ ਵਿਆਜ ਜਿਹੜਾ ਕਿਸਾਨ ਦਾ ਛੱਡ ਦਿਓ, ਮੂਲ ਜਿਹੜਾ ਹੈ ਉਹਦੇ ਬੈਂਕ ਦੀ ਕਿਸ਼ਤਾਂ ਕਰਾ ਦਿਓ, ਅਤੇ ਕਿਸਾਨ ਸੌਖਾ, ਕਿਸਾਨ ਚੱਲ 40 ਕਰੇ 20 ਕਰੇ, ਅਤੇ ਕਿਉਂ ਨਹੀਂ ਮੰਨਦੇ ਉਸ ਗੱਲ ਨੂੰ? ਕਰਨ ਨਾ ਗੱਲ, ਇਹ ਦੇਖੋ ਗੱਲ, ਕਾਨੂੰਨ ਰੱਦ ਕਰੋ, ਕਾਨੂੰਨ ਰੱਦ ਕਰੋ। ਔਰ ਤੁਸੀਂ ਕਾਨੂੰਨ ਰੱਦ ਕਰਾ ਕੇ ਆਪਦੀ ਗੱਲ ਤਾਂ ਦੱਸੋ, ਲੀਲਾ ਵੀ ਕਾਨੂੰਨ ਤਾਂ ਹੋਲਡ ਪਏ ਹੈ, ਰੱਦ ਵਰਗੀ ਹੈ ਨਾ, ਲਿਆਓ ਪ੍ਰਪੋਜ਼ਲ ਤਾਂ ਦਿਓ, ਸਾਨੂੰ ਪਤਾ ਲੱਗੇ ਅਸੀਂ ਕਿਸਾਨ ਹਾਂ, ਅੱਛੀ ਪ੍ਰਪੋਜ਼ਲ ਲਿਆਓ, ਅਸੀਂ ਨਾਲ। ਪ੍ਰਪੋਜ਼ਲ ਹੈ ਨਹੀਂ ਇਹਨਾਂ ਕੋਲ, ਪ੍ਰਪੋਜ਼ਲ ਹੋਵੇ ਫਿਰ ਦੇ ਦੇਣ, ਤੁਹਾਡੇ ਮੀਡੀਆ 'ਚ ਦੇ ਦੇਣ ਵੀ ਅਸੀਂ ਕਿਸਾਨ ਦੇ ਕਰਜ਼ਾ ਮਾਫੀ ਚਾਹੁੰਦੇ ਹਾਂ, ਅਸੀਂ ਕਿਸਾਨ ਦੀ ਨਹਿਰਾਂ ਦੀ ਸਫਾਈ ਚਾਹੁੰਦੇ ਹਾਂ। ਅਸਲ ਕਿਸਾਨ ਦੀ ਸਮੱਸਿਆ ਅੱਜ ਤੱਕ ਇਹਨਾਂ ਨੇ ਨਹੀਂ ਚੱਕੀ, ਅਸਲ 'ਚ ਗਿਆ ਜਿਵੇਂ ਬੇਸਾਰਾ ਪਸ਼ੂ ਨੇ, ਕਿੰਨੇ ਐਕਸੀਡੈਂਟ ਹੋ ਰਹੇ, ਕਿੰਨੇ ਬੰਦੇ ਮਰਦੇ, ਕਦੇ ਗੱਲ ਕੀਤੀ ਕਿਸਾਨ ਜਥੇਬੰਦੀਆਂ ਨੇ? ਕੋਰਟੈਕਸ ਦਾ ਕੈਪਟਨ ਸਾਹਿਬ 250-300 ਕਰੋੜ ਇਕੱਠਾ ਕਰੀ ਬੈਠਾ, ਰਾਜੋ ਕੱਲ੍ਹ ਪਰਸੋਂ ਘਟਣ ਡੱਟੇ ਨੇ ਮਾਰਿਆ, ਬੰਦਾ ਮਰ ਗਿਆ, ਔਰ ਨੌਜਵਾਨ ਬੱਚਾ ਮੋਟਰਸਾਈਕਲ ਤੇ ਜਾ ਕੇ ਉਹਦੇ ਅੱਗੇ ਉਹਦਾ ਤੁਸੀਂ ਤੁਸੀਂ ਇਹ ਗੱਲ, ਇਹ ਸਭ ਗੱਲਾਂ ਕਰ ਵੀ ਹੁਣ ਰਹੇ ਹੋ ਨਾ, ਇਹ ਸਭ ਗੱਲਾਂ ਹੁਣ ਪਬਲਿਕ ਵਿੱਚ ਜਾ ਰਹੀਆਂ ਨੇ, ਇਹ ਸਾਰੇ ਗੱਲਾਂ ਤੁਸੀਂ ਮੀਡੀਆ ਕੱਢ ਕੇ ਦੇਖੋ, ਅਸੀਂ ਗੱਲਾਂ ਬਹੁਤ 5000 ਵਾਰ ਕਹਿਤੀਆਂ, ਬਹੁਤ ਵਾਰੀ। ਤੁਸੀਂ ਕਿਹੜਾ ਲੈ ਕੇ ਜਾਂਦੇ ਹੋ, ਤੁਸੀਂ ਦੂਜੀਆਂ ਗੱਲਾਂ ਹੀ ਕਰਦੇ ਹੋ, ਸਾਡੇ ਕੋਲ ਹਮੇਸ਼ਾ ਗੱਲ ਕਰ ਲਈ ਹੁੰਦੇ ਨੇ, ਤੁਹਾਡੀ ਹਰੇਕ ਗੱਲ ਦੀ ਗੱਲ ਸੁਣੋ, ਗੱਲ ਸੁਣੋ। ਕਿਸਾਨ ਦੀ ਇੱਕ ਸਮੱਸਿਆ ਨਹੀਂ ਹੈ, ਦੇਖੋ ਕਿਸਾਨ ਦੀ ਨੇਕੋ ਨੇਕ ਸਮੱਸਿਆ, ਔਰ ਦਰਸ਼ਕ ਐਸੀਆ ਵੀ ਕਹੀ ਕਿ ਦੇਖੋ ਤੁਸੀਂ ਕਾਨੂੰਨ ਰੱਦ ਕਰਾ ਦਿਓ, ਤੁਸੀਂ ਸੋਧ ਪਵਾ ਦਿਓ, ਇਹਦੇ ਨਾਲ ਵੀ ਹੱਲ ਨਹੀਂ ਹੈ। ਜਦੋਂ ਤੱਕ ਕ੍ਰਿਸ਼ੀ ਨੀਤੀ ਨਹੀਂ ਬਣੇ, ਆਓ ਗੱਲ ਕਰੋ ਵੀ ਕ੍ਰਿਸ਼ੀ ਨੀਤੀ ਬਣਾਈਏ, ਔਰ ਕ੍ਰਿਸ਼ੀ ਨੀਤੀ ਬਣਾ ਕੇ ਹੀ ਭਲਾ ਹੋ ਸਕਦਾ ਹੈ। 28 ਸੂਬੇ ਨੇ, ਹਿਮਾਚਲ ਦੀ ਖੇਤੀ ਪੰਜਾਬ ਨਾਲ ਨਹੀਂ ਮਿਲਦੀ, ਪੰਜਾਬ ਦੀ ਖੇਤੀ ਰਾਜਸਥਾਨ ਨਾਲ ਨਹੀਂ ਮਿਲਦੀ, ਰਾਜਸਥਾਨ ਦੀ ਕਿਸੇ ਨਾਲ ਕੋਈ ਖੇਤੀ ਮਿਲਦੀ ਹੈ? ਕ੍ਰਿਸ਼ੀ ਨੀਤੀ ਬਣੇ, ਕਿਹੜੇ ਸੂਬੇ 'ਚ ਕੀ ਹੋਣਾ ਚਾਹੀਦਾ, ਕਿੱਥੇ ਕੀ ਹੋਣਾ ਚਾਹੀਦਾ, ਕਿੰਨੇ ਲੋਕ ਸਾਡੇ ਨੇ, 140-130 ਕਰੋੜ ਲੋਕ, ਕਿੰਨਾ ਅਨਾਜ ਖਾਂਦੇ ਨੇ, ਕਿੰਨੇ ਸਾਨੂੰ ਚਾਰਾ ਚਾਹੀਦਾ, ਕਿੰਨਾ ਪੱਠਾ ਚਾਹੀਦਾ, ਕਿੰਨਾ ਪੋਲਟਰੀ ਵਾਸਤੇ ਚਾਹੀਦਾ, ਸਾਰਾ ਆਂਕੜਾ ਕਰਕੇ ਸਾਨੂੰ ਉਪ ਇੰਨੀ ਚਾਹੀਦੀ ਹੈ, ਔਰ ਐਕਸੈਸ ਜਿਹੜੇ ਬਾਹਰ ਡਿਮਾਂਡ ਕੀ ਹੈ, ਉਦੋਂ ਤੱਕ ਗੱਲ ਨਹੀਂ ਬਣਦੀ। ਗਰੇਵਾਲ ਸਾਹਿਬ, ਹੁਣ ਕੋਈ ਇਨਫੋਰਮੇਸ਼ਨ ਹੋਵੇ ਕਿ ਕੇਂਦਰ ਨਾਲ ਗੱਲਬਾਤ ਹੋਈ ਹੋਵੇ, ਕਦੋਂ ਤੱਕ ਗੱਲਬਾਤ ਜਿਹੜੀ ਅੱਗੇ ਵੱਧ ਸਕਦੀ ਹੈ ਜਾਂ ਕਦੋਂ ਕੋਈ ਅਪਡੇਟ ਹੋ ਰਹੀ ਹੈ? ਪਹਿਲੀ ਗੱਲ ਤਾਂ ਦੇਖੋ, ਮੇਰੀ ਗੱਲ ਸੁਣੋ, ਗੱਲ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ। ਜੇ ਤੁਸੀਂ ਚਿੱਠੀ ਲਿਖੋਗੇ ਤਿੰਨੋਂ ਕਾਲੇ ਕਾਨੂੰਨ ਰੱਦ ਕਰੋ, ਫਿਰ ਗੱਲਬਾਤ ਕਰੋ, ਇਹ ਤਾਂ ਗੱਲ ਹੋਣੀ ਨਹੀਂ, ਉਹ ਤਾਂ ਰੱਦ ਨਹੀਂ ਹੋਣੇ, ਇਹ ਤਾਂ ਸਿੱਧੀ ਜਿਹੀ ਗੱਲ ਹੈ। ਨਹੀਂ ਸਾਫ਼ ਸਰਕਾਰ ਨੇ ਸਾਫ਼ ਕਰਤਾ, ਅਸੀਂ ਤਾਂ ਸਰਕਾਰ ਦੀ ਗੱਲ ਹੀ ਤਾਂ ਦੱਸ ਰਹੇ ਹਾਂ, ਅਸੀਂ ਥੋੜ੍ਹਾ ਕਾਨੂੰਨ ਕਹਿੰਦੇ ਕਿ ਵੀ ਰਹਿਣ ਜਾਂ ਨਾ ਰਹਿਣ, ਸਰਕਾਰ ਨੇ ਜੋ ਫੈਸਲਾ ਕੀਤਾ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਨੇ, ਇਹ ਅਸੀਂ ਵੀ ਕਹਿੰਦੇ ਹਾਂ, ਠੀਕ ਹੈ ਨਾ ਗੱਲ। ਔਰ ਦੂਜੀ ਗੱਲ, ਆ ਜਾਣੀ ਜੀ ਬੈਠੇ ਪੁੱਛ ਲਓ, ਜਿੱਦਣ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਗਏ ਹਾਂ, ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਭਾਈ ਜੇ ਮੀਟਿੰਗ ਕਰਨੀ ਹੈ ਸਾਨੂੰ ਦੱਸ ਦਿਓ, ਅਸੀਂ ਤੁਹਾਡੀ ਹੁਣੇ ਮੀਟਿੰਗ ਰਖਵਾ ਦਿੰਦੇ ਹਾਂ। ਮੈਂ ਵੀ ਗੱਲ ਕੀਤੀ ਕਈਆਂ ਨਾਲ, ਹੋਰ ਕੀ ਕਰਵਾਉਣਾ ਚਾਹੁੰਦੇ ਹੋ ਉਹ ਦੱਸ ਦਿਓ, ਸਲਾਹ ਕਰਾਂਗੇ। ਦੱਸਿਆ ਹੀ ਨਹੀਂ ਕਿਸੇ ਨੇ ਕੁਛ ਵੀ, ਨਾ ਮਿਲਣਾ ਚਾਹੁੰਦੇ ਆ, ਐਵੇਂ ਡਰਾਮਾ। ਇਹ ਪਤਾ ਕੀ ਹੈ, ਕਿਸਾਨ ਦੇ ਮੋਢੇ ਦਾ ਇਸਤੇਮਾਲ ਕਰਕੇ ਇਹ ਪ੍ਰਧਾਨ ਮੰਤਰੀ ਦਾ ਅਤੇ ਸਰਕਾਰ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਆ, ਮਿਲਣਾ ਇਹ ਵੀ ਨਹੀਂ ਚਾਹੁੰਦੇ, ਗੱਲ ਇਹ ਵੀ ਨਹੀਂ ਖਤਮ ਕਰਨਾ ਚਾਹੁੰਦੇ। ਇਹ ਤਾਂ ਜਦੋਂ ਤੱਕ ਆ ਕਿਸਾਨ ਪੈਸਾ ਇਕੱਠਾ ਕਰਕੇ ਦੇਈ ਜਾਣਗੇ ਨਾ, ਉਦੋਂ ਤੱਕ ਨਹੀਂ ਇਹਨਾਂ ਨੇ ਮਿਲਣਾ। ਜਾਂ ਇਹ ਜਿਹੜਾ ਕਿਸਾਨ ਜੈਨੂਨ ਕਿਸਾਨ ਸੜਕਾਂ 'ਤੇ ਬੈਠਾ, ਅਤੇ ਉਹ ਜਦੋਂ ਤੱਕ ਉਹ ਨਹੀਂ ਸਮਝ ਜਾਂਦਾ ਵੀ ਇਹ ਜਿਹੜੇ ਕਿਸਾਨ ਲੀਡਰ ਨੇ, ਇਹਦੇ 'ਚੋਂ ਕੁਛ ਲੀਡਰ ਜਿਹੜੇ ਸਾਡਾ ਇਸਤੇਮਾਲ ਕਰ ਰਹੇ ਆ ਆਪਦੇ ਸਿਆਸੀ ਹਿੱਤ ਸਾਧਣ ਦੇ ਲਈ, ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨ ਦੇ ਲਈ, ਅਤੇ ਕਾਂਗਰਸ ਦੇ ਹਿੱਤ ਸਾਧਦੇ ਆ ਜਾਂ ਬਾਕੀ ਲੋਕਾਂ ਦੇ ਸਾਧਦੇ ਆ। ਹੁਣ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ। ਰਕੇਸ਼ ਟਿਕੈਤ ਗਿਆ,
ममता जी मिले ममता को हाँ ममता को कहदे लिए गया जी वह तो कहते असी तो सियासी गल ही नहीं करते सियासत च पेंदे नहीं उन्होंने कह के आ कि सारिया पार्टियां इकट्ठे करो ये बीजेपी के खिलाफ साढ़े नाल लाओ तुसी नाल लगो असी थोड़ी मदद लैनी है तो फिर ये सियासत है जा नहीं हाँ बिल्कुल ना टकैत किसान दे हक दे ना कोई होर किसान दा ना वरत्या जा ना वरत्या जा मोटा भी नहीं हुण तां नाम किसान दा होता हां चोला किसान दा है हां सिट आप मसले आप दे सिक्की जंदे हां ए इना इना तजुर्बा है थानू दो आगू नु सीनियर तुसी आगू हो जी अपनी पार्टी दे 2022 दे लई थानू किवें दी ग्राउंड इस वेले दिख रही है जी पंजाब दे विच देखो गल की है कि साडी वड्डी पार्टी है वोट दी राजनीति असी करदे नहीं इलेक्शन असी लड़ना है आपदी पॉलिसी दसनी है भावें किसान नाराज होवे फिर भी लोकां जाओगे किसान नाराज सारे नहीं होंगे कईयों कई गलती समझ भी होंगी अगर बिलों का विरोध मैं एक ही गल तुम्हें कहना चाहता कि अगर बिलों का विरोध है तो पहला क्यों नहीं किया एक किसान जत्थेबंद की उद च नहीं सके जो कैप्टन से बनाया उदो विरोध करना बादशाह ने पास किया उदो विरोध करना उदो विरोध नहीं किया पंजाब के कानून मोदी साहब ने चक के सारे देश से लागू करता गलत है चक्या तो पंजाब चो ना जी उदो इन्होंने गल क्यों नहीं की ये बिहार की गल करते कभी उधर की गल करते बिहार की गल क्यों करते हो बिहार का जोड़ा है मुख्यमंत्री नीतीश कुमार ने जोड़ा मंडिया की चौथी बार तो मुख्यमंत्री बन गया दसो उ लोग मजदूरी पर इतों पंजाब वाले जाते बहार कनेडा जाते अंगेंडा इतने हम मजदूर के खिलाफ रेजोल्यूशन पाई जाते एक पिंड तो दूजे पिंड का ना लो यही पाते हैं मजदूर जोड़े आ दलित समाज है जोड़ा वो खिलाफ रेजोल्यूशन पाते हैं दलित समाज बहुत दुखी है इस टाइम समझ गए गल वह भी उठूगा दलित चेहरे नूं पंजाब दे विच 2022 दे विच मुख्यमंत्री चेहरा बनाया जा सकता बीजेपी वालों बीजेपी तो कोई भी सधारण व्यक्ति बन सकता उहदे च की है दलित क्यों ना मुख्यमंत्री बने दलितों की इत्थे संख्या इन्नी भारी है बनने चाहिए है तो मुख्यमंत्री बीजेपी ही बना सकती है बाकी तो परिवारों का राज है उधर अकाली दल च बादल परिवार तो बिना नहीं बनता इधर कैप्टन अमरिंदर तो बिना नहीं बनता जे कम कैप्टन अमरिंदर पासे हटू तो सिद्धू आजूगा इतने दलित कितों बन जूगा दलित तो साडे जीवन आम आदमी पार्टी है तो लियाणा जिहड़ा केजरीवाल पहले सिटी जांदे मैं पंजाब का मुख्यमंत्री बना तुसीं किहनूं लैके आओगे बीजेपी दा किहड़ा चेहरा देखो बीजेपी एक कार्यकर्ता की पार्टी है कोई किसी का जमया प्रधानमंत्री का जमया प्रधानमंत्री नहीं बनता मुख्यमंत्री का जमया मुख्यमंत्री नहीं बनता इतने का वर्कर बनता है जो चंगा काम करता है वह बनता है अश्विनी शर्मा की काफ़ी विरोधता हो रही है जी पिछले दिन कोर कमेटी की बैठक भी हुई उस काफ़ी हंगामा भी होया खबर आ रही ने सूत्रों के मुताबिक कि प्रधान बदलिया जा सकता एवें गल् बनाई हुई ने प्रधान कोई भी रहे असं सारे मिल के पार्टी चलाने होंने कोई दिक्कत नहीं है बिल्कुल एको ही है एको ही है मेरा आखिरी सवाल काफ़ी लंबा समा हो गया इस किसानी अंदोलन में चलते हुए असी अक्सर आने थोड़े को ही सवाल जवाब करते हैं किसानों लैके कदों तक ये मामला तो लगता है कि सुलझूगा तो असं थोड़े को नवे सवाल लेके आईए ये तो देखो ये गेंद जगह गेंद एक किसान जथेबंदियों के पाले च है उम्र जी उदों मुका वह तो कहें असी चिट्ठी लिख के तुहाडे पाले सुट्टी चिट्ठी कदी खूह चिट सुट्टी रद्द करो रद्द नहीं होने मतलब कि बीजेपी ने चिट्ठी लिखनी खूह च सुट्टी वो 2024 तक अंदोलन लेके जाना चाहते हैं 2024 वो तो कामरेड ने सारे हाँ वो तो कांग्रेस के हितपूर ने उन्होंने तो मोदी जी का चेहरा खराब करना खत्म करना चाहोगे जी असी तो हमने एक घंटे खत्म करना चाहते हैं आ जाए गलते जो किसान हित की गल करनी हो दो घंटे लगनगे ज़्यादा टाइम नहीं लगता उन्होंने किसान हित की गल नहीं करनी गल हैगी सब तो बड़ी और तुसी जो तक मीडिया वाले उन्होंने छापना छड़ दोगे तो उन्होंने सुनना छड़ दोगे तो 5-7 लीडर वो बंदे बन जाएंगे सीधे हो जाएंगे सारे छापता जी हाँ चलो बहुत धन्यवाद जी थोड़ा तुसी अपना समा कटिया तो सुनिया सुरजीत जैनी हरजीत गरेवाल होर जिन्होंने तमाम मुद्दा से सवालों के जवाब दिते ने जो माहौल इस समय चल रहा इन्हों का साफ कहना है कि 3 खेतीबाड़ी कानून रद्द नहीं होंगे जेकर तुहाडे कोल कोई होर चंगी प्रपोजल है तो गलबात करने के लिए असी तैयार हाँ तुहानू ये साडा प्रोग्राम किवें दा लग्या सानू राय जरूर दिओ बाकी होर ताज़ियां ते वड्डियां खबरां लई देखदे रहो प्राइम एशिया टीवी कैमरामैन दीपक दे नाल मैं अमित कुमार धन्यवाद